ਗੁਰਦਿਆਲ ਸਿੰਘ ਦਾ ਨਾਵਲ ਅਣਹੋਈ ਦਾ ਇਕੀ ਵੰਕ ਅਗਲੀ ਸਵੇਰ ਜਦੋਂ ਸਾਰੀ ਮੰਡੀ ਚ ਬਿਸ਼ਨੇ ਦੇ ਜੰਦਰਾ ਭੰਨ ਕੇ ਹਾਤੇ ਤੇ ਨਜਾਇਜ਼ ਕਬਜ਼ਾ ਕਰਨ ਦੀ ਦੰਦ ਕਥਾ ਚੱਲ ਰਹੀ ਸੀ ਉਦੋਂ ਬਿਸ਼ਨਾ ਤੇ ਵਿਆਕਰ ਸਧਾਰਣੀ ਗੱਲਾਂ ਕਰਦੇ ਅੰਗਰ ਦਾ ਸਮਾਨ ਥਾਂ ਟਿਕਾਣੇ ਰੱਖ ਰਹੇ ਸਨ ਬਿਸ਼ਨੇ ਦਾ ਸਰੀਰ ਭਾਵੇਂ ਹੁਣ ਇੰਦਰੀ ਕਰਕੇ ਢਾਲ ਸੀ ਪਰ ਮਨ ਹਮੇਸ਼ਾ ਵਾਂਗ ਹਾਸਲੇਜ ਸੀ ਵਿਆਕਰੇ ਹੁਣ ਆਪਾਂ ਉਹ ਬੁੱਟੇ ਵਾਲੇ ਛੱਪਰ ਵਾਲੀ ਥਾਂ ਕੋਹਰ ਖੁਲਵਾਰਾ ਕੋਠਾ ਛੱਤੀਏ ਐਸ ਕੋਠੜੀ ਚ ਤਾਂ ਪਿਛਲੇ ਸਾਲ ਵਾਂਗੂ ਔਖੇ ਹੋਵਾਂਗੇ ਗਰਮੀ ਚ ਚੜਦੀ ਧੁੱਪ ਆਇਆ ਕਰੋ ਕੁਜੇ ਬੱਠਲੀਆਂ ਇਕੱਠੇ ਕਰਕੇ ਕੋਠੜੀ ਵੱਲ ਜਾਂਦੇ ਆ ਬਿਸ਼ਨੇ ਨੇ ਗੰਭੀਰ ਵਿਚਾਰ ਕਰਨੀ ਚਾਹੀਦੀ ਦਿਆਕਰ ਨੇ ਨਿਰਖਵੀਂ ਨਿਗਾਹ ਪਹਿਲਾਂ ਬੂਟੇ ਵਾਲੇ ਛੱਪਰ ਵੱਲ ਤੇ ਉਹਦੇ ਨਾਲ ਲੱਗਵੀਂ ਅੱਧੀ ਠੱਠੀ ਕੋਠੜੀ ਨੂੰ ਜਾਚਿਆ ਹੱਥ ਚ ਫੜਿਆ ਚਿਮਟਾ ਵੇ ਲੈਣਾ ਤੇ ਥੱਪਣਾ ਪੁੰਜੇ ਰੱਖ ਕੇ ਹੋਰ ਧਿਆਨ ਨਾਲ ਆਪਣੀ ਕੋਠੜੀ ਤੇ ਛੱਪਰ ਵੱਲ ਝਾਕਣ ਲੱਗ ਪਿਆ ਬਿੰਦਕ ਇਉਂ ਖੜੋਤਿਆਂ ਭੌਂ ਕੇ ਉਹਨੇ ਫੂਲ ਵਾਲਿਆਂ ਦੀ ਹਵੇਲੀ ਪਿੱਛੋਂ ਚੜ੍ਹਦੇ ਸੂਰਜ ਦੀ ਤਿੱਖੀ ਚਲਕੋਰ ਵੱਲ ਮੱਥੇ ਤੇ ਹੱਥ ਧਰ ਕੇ ਵੇਖਿਆ ਤੇ ਬਿਛਨੇ ਵਾਂਗੀ ਗੰਭੀਰਤਾ ਨਾਲ ਹੂੰ ਕਹਿ ਕੇ ਬੋਲੀ ਗੱਲ ਤਾਂ ਠੀਕ ਐ ਕਾਟ ਸਾਰਾ ਭਾਵੇਂ ਬੂਟੇ ਵਾਲੇ ਛੱਪਰ ਤੇ ਉਹਦੇ ਵਾਲੀ ਕੋਠੜੀ ਦਾ ਹੀ ਵਰਤ ਲਈਏ ਹੋਰ ਕੀ ਬਿਛਨੇ ਨੇ ਅੰਦਰੋਂ ਆਉਂਦੇ ਆ ਉੱਚੀ ਸਾਰੀ ਹੰਗਾਰਾ ਭਰਿਆ ਬਸ 2-4 ਦਿਨ ਦੀ ਖੇਚਲ ਹੀ ਐ ਹੋਰ ਆਪਣਾ ਕੀ ਲੱਗਣਾ ਬਨਜੂ ਸੀ ਸਮੈਲ ਉਦੋਂ ਹੀ ਵੱਡਾ ਬੂਆ ਖੜਕਦਾ ਸੁਣਿਆ ਤੇ ਊਠ ਵਾਂਗ ਬੁੱਲ ਸੁੱਟੀ ਆਉਂਦੇ ਬੁੱਧੇ ਨੂੰ ਵੇਖ ਕੇ ਪਹਿਲਾਂ ਬਿਸ਼ਨਾ ਗੰਭੀਰ ਹੋਇਆ ਪਰ ਪਿੱਠ ਪਿੱਛੇ ਹੱਥ ਕਰਕੇ ਰਤਾ ਕੋਡਾ ਹੋਇਆ ਹੁੰਦਿਆਂ ਧੌਣ ਟੇਢੀ ਕਰਕੇ ਮੁਸਕਰਾਉਂਦਿਆਂ ਬੁੱਧੇ ਵੱਲ ਝਾਕਿਆ ਤੇ ਨਿਆਣਿਆਂ ਵਾਂਗ ਬੁੱਧੇ ਵਰਗੀ ਨੀਵੀਂ ਆਵਾਜ਼ ਬਣਾ ਕੇ ਬੋਲਿਆ ਦਿਆਕੁਰੇ ਆ ਵੇਖੀ ਇੱਧਰ ਕੀ ਆਉਂਦਾ ਹੈ ਇਹ ਬੰਦਾਈ 'ਤੇ ਕੁਝ ਹੋਰ ਹੈ ਦਿਆਕੁਰ ਵੀ ਬੁੱਧੇ ਦਾ ਟਿਲਕਾ ਮੂੰਹ ਵੇਖ ਕੇ ਪਹਿਲਾਂ ਮੁਸਕਰਾਈ ਤੇ ਫਿਰ ਹੱਸ ਕੇ ਬੋਲੀ ਵੇ ਤੂੰ ਐ ਹੁਣਾ ਜਿਵੇਂ ਬੁੜੀ ਦੇ ਫੁੱਲ ਪਾ ਕੇ ਆਇਆ ਹੁਣਾ ਕੀ ਹੋਇਆ ਤੈਨੂੰ ਪਰ ਬੁੱਧਾ ਨਾ ਬੋਲਿਆ ਨਾ ਉਹ ਤੋਂ ਨਿਗਾਹ ਤਾਂ ਕੀਤੀ ਗਈ ਓਵੇਂ ਕਾਉ ਮਾਉ ਖਿਲ ਰੀਆਂ ਲੱਕੜਾਂ ਤੇ ਸੰਦਾ ਕੋਲ ਆ ਕੇ ਸੱਚੀ ਓਹ ਬਹਿ ਗਿਆ ਜਿਵੇਂ ਕੁੜੀ ਦੱਬ ਕੇ ਆਇਆ ਹੋਵੇ ਕੁਝ ਚਿਰ ਬਿਸ਼ਨਾ ਤੇ ਦਿਆਗੁਰ ਮੁਸਕਰਾਉਂਦਿਆਂ ਉਹਦੇ ਵੱਲ ਝਾਕਦੇ ਰਹੇ ਪਰ ਜਦੋਂ ਬਿਸ਼ਨੇ ਨੇ ਪੱਗ ਦੇ ਲੜ ਨਾਲ ਉਹਨੂੰ ਅੱਖਾਂ ਪੁੰਝਦੇ ਆ ਵੇਖਿਆ ਤਾਂ ਆਪਣੇ ਮੂੰਹ ਬੁੱਧੇ ਦੇ ਆਪਣਾ ਮੂੰਹ ਬੁੱਧੇ ਦੇ ਮੂੰਹ ਕੋਲ ਕਰਕੇ ਜਦੋਂ ਉਹਦੀਆਂ ਅੱਖਾਂ 'ਚੋ ਮੋਟੇ-ਮੋਟੇ ਹੰਝੂ ਉਤਰਪਦੇ ਤੇ ਮਾੜੇ-ਮਾੜੇ ਹਟਕੋਰੇ ਜੇ ਸੋਨੇ ਤਾਂ ਪਹਿਲਾ ਮੂੰਹ 'ਚੋ ਮੂੰਹ ਵਿੱਚ ਹੀ ਹੱਸਿਆ ਪਰ ਫਿਰ ਇੱਕਦਮ ਉਹਦਾ ਚਿਹਰਾ ਗੰਭੀਰ ਹੋ ਗਿਆ। ਫੋਟ ਕਮਲਾ ਦਿਆਕਰ ਨੇ ਬੁੱਧੇ ਦੇ ਕੋਲ ਆ ਕੇ ਬੇਪਰਵਾਹੀ ਤੇ ਮਿੱਠੀ ਝੜਕ ਨਾਲ ਹੱਥ ਹਵਾ 'ਚ ਮਾਰਦਿਆਂ ਕਿਆ। ਉਹ ਰਿਆ ਨਾ ਕੀ ਕੌਡਾ? ਕੀ ਗੱਲ ਐ ਭਲਾ ਹੁਣ? ਕੀ ਕੌਡਾ ਸੁਣ ਕੇ ਬਿਸ਼ਨੇ ਨੂੰ ਫੇਰ ਹਾਸੀ ਆ ਗਈ। ਉਹਦੇ ਨਾਲ ਦਿਆਕਰ ਵੀ ਹੱਸ ਪਈ। ਉਹਨਾਂ ਦੋਹਾਂ ਨੂੰ ਬੁੱਧੇ ਦੇ ਬਚਪਨ ਦੀ ਗੱਲ ਚੇਤੇ ਆ ਗਈ ਸੀ। ਜਦੋਂ ਬੁੱਧਾ ਭਗਤਾ ਤੇ ਬਿਸ਼ਨੇ ਦਾ ਜੇਠਾ ਪੁੱਤ ਸਰਬਣ ਨੇਈਆਂ ਚ ਕੌਡੀਆਂ ਖੇਡਦੇ ਹੁੰਦੇ ਸੀ ਤਕੜੇ ਹੋਣ ਕਰਕੇ ਸਰਬਣ ਤੇ ਭਗਤਾ ਬੁੱਧੇ ਕੋਲੋਂ ਕੌਡੀਆਂ ਖੋਲ ਲੈਂਦੇ ਉਹ ਪਹਿਲਾਂ ਤਾਂ ਉਹਨਾਂ ਨਾਲ ਘਰੂਟੋ ਘਰੂਟੀ ਹੁੰਦਾ ਪਰ ਜਦੋਂ ਕੋਈ ਬਾਹਰ ਨਾ ਜਾਂਦੀ ਤਾਂ ਦੋਹਾਂ ਪੱਟਾ ਨੂੰ ਜੋਰ-ਜੋਰ ਦੀ ਪਿੱਟਦੇ ਆਂ ਦਿਆਗ ਘੁਰ ਕੋਲ ਆ ਕੇ ਐਡੀ ਉੱਚ ਉੱਚ ਰੋਂਦਾ ਕਿ ਉਹ ਤੋਂ ਕੌਡੀਆਂ ਕੋਣ ਵਾਲੀ ਗੱਲ ਮੂੰਹ ਪੂਰੀ ਨਾ ਦੱਸੀ ਜਾਂਦੀ ਉਹਦੇ ਰੋਂਨ ਦਾ ਢੰਗ ਵੀ ਅਵੱਲਾ ਹੀ ਸੀ ਰੋਂਦੇ ਆਂ ਉਹ ਕੀ ਗੀਂ ਗੀਂ ਕਾਡਾ ਆਖਦਾ ਹੀ ਸੁਣਦਾ ਇਸੇ ਕਰਕੇ ਮੁੰਡਿਆਂ ਨੇ ਚੌੜ ਨਾਲ ਉਹਦਾ ਨਾਂ ਕੀ ਕਾਡਾ ਰੱਖਿਆ ਸੀ ਬਿੰਦੂ ਕੋ ਦੋ ਹੀ ਉਹਦੇ ਕੁਲਖੜੇਤੇ ਰਹੇ ਫਿਰ ਬਿਛਨੇ ਨੇ ਬਾਉ ਫੜ ਕੇ ਬੁੱਧੇ ਨੂੰ ਪਹਿਲਾਂ ਹਲੂਣਿਆ ਤੇ ਮਗਰੋਂ ਝਟਕਾ ਮਾਰ ਕੇ ਉਠਾਉਂਦਿਆਂ ਬੋਲਿਆ ਉਠ ਖੜਾਓ ਸੌਰਾ ਕੀ ਸੂਝ ਨਾ ਹੋਵੇ ਤਾਂ ਆ ਅੰਦਰ ਸੰਦ ਬਲੇਵਾ ਸੰਭੀਏ ਬੁੱਧਾ ਅੱਖਾਂ ਪੁੰਜਦੇ ਆ ਬੇਦਿਲ ਅਜੇ ਉਠ ਖੜੋਤਾ ਤੇ ਚੁੱਪ ਕਰਕੇ ਬਿਛਨੇ ਦੇ ਨਾਲ ਸਮਾਨ ਚੁਕਾਉਣ ਲੱਗ ਪਿਆ ਪਰ ਨਿਗਾਹਾਂ ਨੇ ਅਜੇ ਵੀ ਉੱਚੀ ਨਹੀਂ ਸੀ ਕੀਤੀ। ਚੰਗਾ ਹੁਣ ਸਮਾਨ ਸਮੂਹਣ ਰੱਖੋ। ਮੈਂ ਮੇਰੀ ਡੱਡੀ ਵਾਸਤੇ ਚਾਹ ਧਰ ਦਿਆਂ। ਵੇਖ ਵਿਚਾਰੀ ਦਾ ਕੀ ਹਾਲ ਹੈ? ਦਿਆਕਰ ਨੇ ਅੰਜ ਮੂੰਹ ਬਣਾ ਕੇ ਆਖਿਆ ਜਿਵੇਂ ਕਿਸੇ ਦੁੱਧ ਪੀਂਦੇ ਨਿਆਣੇ ਨੂੰ ਰਚਾਉਂਦੀ ਹੋਵੇ ਤੇ ਪਿੱਛੋਂ ਜਿਹੜੀ ਪੁਚਕਾਰ ਜੀ ਉਹਨੇ ਦਿੱਤੀ। ਉਹਦੇ ਨਾਲ ਪਤਾ ਨਹੀਂ ਬੁੱਧੇ ਦੇ ਚਿੱਤ ਨੂੰ ਕੀ ਹੋਇਆ ਕਿ ਇੱਕ ਪਾਸੇ ਤਾਂ ਉਹਦੇ ਹੋਠਾਂ ਤੇ ਮੁਸਕਾਨ ਆ ਗਈ ਪਰ ਦੂਜੇ ਪਾਸੇ ਮੱਸਾ ਮੱਸਾ ਸੁੱਕੀਆਂ ਅੱਖਾਂ ਮੁਰ ਗੰਨੀਆਂ ਤਾਂ ਹੀ ਹੰਝੂਆਂ ਨਾਲ ਭਰ ਆਈਆਂ। ਉਨੇ ਸਿਰ ਨੀਵਾ ਕਰਕੇ ਮੂੰਹ ਦੂਜੇ ਪਾਸੇ ਪੁਵਾ ਲਿਆ ਜਦੋਂ ਤੇ ਆਖੁਰ ਚਾਹ ਤਰੰਜਾ ਲੱਗੀ ਤਾਂ ਬਿਸ਼ਣ ਨੇ ਮੁਸਕਰਾਉਂਦੇ ਆ ਬੁੱਧੇ ਵੱਲ ਵੇਖਿਆ ਤੇ ਫਿਰ ਸਮਾਨ ਠੋਂਦੇ ਆ ਨਿਆਣਿਆਂ ਵਾਂਗ ਗੀਤ ਜਿਆ ਗਾਉਣ ਲੱਗ ਪਿਆ ਇਲੇ ਇਲੇ ਕਿਨੇ ਮਾਰੀ ਮੱਖਣ ਨੇ ਮੱਖਣ ਨੂੰ ਘਰ ਆ ਲੈਣ ਦੇ ਚਰਪਤਾਸੇ ਖਾ ਲੈਣ ਦੇ ਦੋ ਘੋਟਨੇ ਲਾ ਲੈਣ ਦੇ ਤੇ ਫਿਰ ਕਿੰਨਾ ਉਚਰ ਰਿਹਾਨ ਨਾਲ ਇਹੋ ਗੀਤ ਗਾਉਂਦਾ ਰਿਹਾ ਦਿਆ ਕਰਨੇ ਚਾਹ ਬਣਾ ਕੇ ਛੰਨਿਆਂ ਚ ਪਾ ਦਿੱਤੀ ਜਦੋਂ ਦੋਈ ਪੀਣ ਬੈਠੇ ਤਾਂ ਬਿਸ਼ਨੇ ਨੇ ਸੜਾਕਾਂ ਮਾਰਦੇ ਆ ਗੰਭੀਰ ਹੋ ਕੇ ਬੁੱਧੇ ਨੂੰ ਆਖਿਆ ਤੂੰ ਐਵੇਂ ਨਾ ਦਿਲ ਡਲਾਇਆ ਕਰ ਇਹ ਤਾਂ ਸਾਡੀਆਂ ਖੇਡਾਂ ਐ ਜਿਵੇਂ ਨਿਆਣਾ ਮੰਝੇ ਤੇ ਪਿਆ ਹੋਰ ਨਹੀਂ ਤਾਂ ਲੱਤਾਂ ਬਾਹਾਂ ਮਾਰ ਮਾਰ ਹੱਥਾਂ ਤੇ ਦੰਦੀਆਂ ਵੱਡ ਵੱਡ ਖੇਢੀ ਜਾਂਦਾ ਉਹਵੇਂ ਅਸੀਂ ਖੇਢੀ ਜਾਂਦੇ ਆ ਐਵੇਂ ਤਾਂ ਕਮਲਿਆ ਬੰਦੇ ਦਾ ਜੀ ਨਹੀਂ ਲੱਗਦਾ ਵਿਹਲੇ ਦਾ ਆ ਦੇਖ ਹੁਣ ਕੱਲ ਸਾਰਾ ਦਿਨ ਬਾਹਰ ਰੌਣਕਾਂ ਲੱਗਿਆ ਰਹੀਆਂ ਅੱਜ ਤੱਕ ਇਹਨੂੰ ਮਾਰ ਲੱਗੇ ਰਹਾਂਗੇ ਇੱਕ ਦੋ ਦਿਨਾਂ ਤਾਈਂ ਉਹ ਕੋਠੜੀ ਵਿੱਡਾਂਗੇ ਫਿਰ ਤੋਤੀ ਯਾਰਗੇ ਕਈ ਹੋਰ ਵੱਡਾ ਮੁਕੱਦਮਾ ਚ ਲਾਉਣਗੇ ਅਸੀਂ ਕੋਈ ਹੋਰ ਪੰਗਾ ਲਵਾਂਗੇ ਬਸ ਖੇਡ ਬਣੀ ਰਹੂ ਪਰ ਬੁੱਧੇ ਦਾ ਮੂੰਹ ਅਜੇ ਉਵੇਂ ਕੁੱਟਿਆ-ਵਟਿਆ ਹੋਇਆ ਸੀ ਉਹਨੇ ਹੁਣ ਤਾਂ ਇੱਕ ਸ਼ਬਦ ਮੂੰਹ ਨਹੀਂ ਸੀ ਕੱਢਿਆ ਚਾਹ ਪੀਂਦਿਆਂ ਪੀਂਦਿਆਂ ਦਿਆ ਕਰਨੇ ਉਹਨੂੰ ਪਤਾ ਨਹੀਂ ਕਦੋਂ ਕਿਵੇਂ ਗੱਲ ਨਹੀਂ ਲਾ ਲਿਆ ਕਿ ਉਸ ਪਿਛੋਂ ਕਿੰਨਾ ਚਿਰ ਭਗਦੇ ਦੇ ਕਰਦਿਆਂ ਉਹਦੇ ਕੰਮ ਦੀਆਂ ਤੇ ਆਪਣੀ ਕਬੀਲਦਾਰੀ ਦੀਆਂ ਗੱਲਾਂ ਆਪ ਮੁਹਾਰੇ ਸੁਣਾਉਂਦਾ ਰਿਹਾ। ਉਹਨੂੰ ਜਿਵੇਂ ਖਿਆਲ ਹੀ ਨਹੀਂ ਸੀ ਆਇਆ ਕਿ ਦੋ ਘੜੀਆਂ ਪਹਿਲਾਂ ਉਹਦੀ ਕੀ ਹਾਲਤ ਸੀ ਤੇ ਉਹ ਕੀ ਸੋਚ ਰਿਹਾ ਸੀ। ਦਿਆਕਰ ਆਪਣੀ ਚਲਾਕੀ ਤੇ ਮੁਸਕੜੀਆਂ ਹੱਸਦੀ ਰਹੀ ਪਰ ਬੁੱਧੇ ਨੂੰ ਫੇਰ ਵੀ ਪਤਾ ਨਾ ਲੱਗਿਆ। ਬੁੱਧੇ ਦੇ ਜਾਨਮਗਰੂ ਬਿਸ਼ਨਾ ਕੱਲਾ ਹੀ ਚੱਕ ਤਾਰ ਕਰਦਾ ਰਿਹਾ। ਉਹਦੇ ਸਾਰੇ ਹੱਡ ਪੈਰ ਥੱਕੇਵੇਂ ਨਾਲ ਚਸਕ ਰਹੇ ਸਨ। ਪਰ ਨਿਚਲਾ ਬੈਠਣ ਨੂੰ ਜੀ ਨਹੀਂ ਸੀ ਕਰਦਾ। ਸਭ ਚੀਜ਼ਾਂ ਥਾਂ ਥਾਈ ਰੱਖ ਕੇ ਉਹ ਜਦੋਂ ਬਿੰਦਕ ਦਮ ਲੈਣ ਲਈ ਟਿਕਟਕੀ ਉੱਤੇ ਬੈਠਾ ਤਾਂ ਨੀਗਾ ਬੁੱਟੇ ਵਾਲੇ ਛੱਪਰ ਤੇ ਫੇਰ ਜਾ ਪਈ ਉਸੇ ਵੇਲੇ ਥਬੂਕਾ ਮਾਰ ਕੇ ਉੱਠ ਖਲੋਤਾ ਭਲਾਂ ਚੋਨੇ ਮੀਂਹਾਂ ਮਾਰੇ ਛੱਪਰਾਂ ਦਾ ਛੱਪਰ ਦਾ ਸਰਕੜਾ ਤੋੜ ਭੰਨ ਕੇ ਹੇਟ ਸੁੱਟਦਾ ਤੇ ਵਲੇ ਬਾੰਸ ਲਾ ਕੇ ਥੰਮੀਆਂ ਪੁੱਟਣ ਲੱਗ ਪਿਆ ਹੈ ਓਏ ਸਰਬੰਨ ਦਾ ਪਿਓ ਉਹਦੇ ਕੋਲ ਆ ਕੇ ਖੁੱਗੀ ਥੰਮੀ ਨੂੰ ਹਿਲਾਉਂਦਿਆਂ ਦਿਆਕਰ ਨੇ ਪੁੱਛਿਆ ਕੋਠੜੀ ਦਾ ਬਾਰ ਕਿਹੜੇ ਪਾਸੇ ਰੱਖਾਂਗੇ ਛਿਪ ਦੇਵੰਨੀ ਦਿਆਕਰ ਨੇ ਬਿੰਦਕ ਸੁਭਬ ਨਾਲ ਥੰਮੀ ਦਿਵਾਲਿਓ ਮਿੱਟੀ ਪੁੱਟ ਦੇ ਬਿਛਨੇ ਆਲ ਵੇਖਿਆ ਫਿਰ ਬੂਟੇਵਲ ਵਾਲੀ ਕੋਠੜੀ ਨੂੰ ਨਿਰਖਦਿਆਂ ਬੋਲੀ ਇਹਨਾਂ ਇੱਟਾਂ ਨਾਲ ਹੀ ਸਰਜੂ ਕਿ ਹੋਰ ਲੱਗਣਗੀਆਂ ਦੇਖੋ ਬਿਛਨੇ ਨੂੰ ਜਿਵੇਂ ਦਿਆਕਰ ਦੇ ਖੜੋਤੇ ਹੋਣ ਦਾ ਵੀ ਧਿਆਨ ਨਹੀਂ ਸੀ ਉਹ ਥੰਮੀ ਦੇ ਪਾਸੇ ਪੁੱਟਿਆ ਟੂਆ ਹੋ ਡੂੰਗਾ ਕਰੀ ਜਾਂਦਾ ਸੀ ਹੁਣ ਤਾਂ ਹੀ ਉਹਨੇ ਥੰਮੀ ਹਲਾ ਕੇ ਵੀ ਨਹੀਂ ਸੀ ਵੇਖੀ ਇੱਕ ਸਾਹ ਆ ਹੀ ਲੱਗਿਆ ਰਿਹਾ ਤੇ ਸਾਰੀਆਂ ਥੰਮੀਆਂ ਪੁੱਟਣ ਪੇਚਾਂ ਦੂਰੋਂ ਖੜੋ ਕੇ ਇੱਕ ਵਾਰ ਪਰਵੀ ਨਿਗਾਹ ਛੱਪਰ ਵਾਲੀ ਸਖਣੀ ਗੰਧ ਤੇ ਕੋਠੜੀ ਵੱਲ ਦੇਖਿਆ ਤੇ ਫਿਰ ਟੁੱਟੇ ਭੱਜੇ ਸੰਦਾਂ ਨੂੰ ਫਰੋਲਣ ਜਾ ਲੱਗਿਆ ਕਹੀਦਾਈ ਕੱਦ ਘਸਿਆ ਟੁੰਡੋਂ ਥੋਂ ਲੱਭ ਕੇ ਉਹਨੇ ਇੱਕ ਕੋਹਾੜੇ ਦਾ ਪੁਰਾਣਾ ਦਸਤਾ ਹੀ ਉਸ ਟ ਫਸਾ ਲਿਆ ਦਸਤਾ ਕੁਝ ਖੁੱਲਾ ਸੀ ਦਸਤੇ ਦੇ ਮਗਰ ਫਾਲਟ ਹੋ ਕੇ ਉਹਨੇ ਕਰੜਾ ਕਰਦੇ ਬਿਛਣਾ ਕਹੀ ਲੈ ਕੇ ਕੋਠੜੀ ਵੱਲੇ ਹੋ ਗਿਆ ਜਿਵੇਂ ਪਾਣੀ ਦੀ ਵਾਰੀ ਤੇ ਚੱਲਿਆ ਹੋਵੇ ਤੇ ਫਿਰ ਉਹ ਛੱਤ ਉੱਤੇ ਚੜ੍ਹ ਕੇ ਅਜੇ ਹਰੁੱਝੇ ਆ ਕੇ ਦਿਨ ਚੇਪਣ ਤੋਂ ਪਹਿਲਾਂ ਪਹਿਲਾਂ ਕੋਠੜੀ ਢਾ ਕੇ ਸਾਰਾ ਕਾਠ ਹੱਡ ਕੱਢ ਕੇ ਤਰ ਲਿਆ ਇਟਾਂ ਉੱਥੇ ਪਈਆਂ ਰਹਿਣtੀਆਂ ਤਕੜੇ ਨੇਰੇ ਜਦੋਂ ਤੱਤੇ ਪਾਣੀ ਨਾਲ ਨਹਾਉਣ ਲੱਗਿਆ ਤਾਂ ਲੱਤਾਂ ਬਾਹਾਂ ਤੇ ਹੱਥ ਫੇਰਦੇ ਉਹਨੂੰ ਮਹਿਸੂਸ ਹੋਇਆ ਕਿ ਲਗਭਗ ਸਾਰਾ ਪਿੰਡਾ ਹੀ ਚਰੀਟਿਆ ਤੇ ਛਿੱਲਿਆ ਗਿਆ ਸੀ ਪਰ ਉਹਦੇ ਚਿਹਰੇ ਤੇ ਡੂੰਗੀ ਤਸੱਲੀ ਸੀ ਰੋਟੀ ਬਿਛੇ ਨੇ ਨੂੰ ਜਿੰਨੀ ਸਵਾਦ ਅੱਜ ਲੱਗੀ ਉਹਨੇ ਪਿਛਲੇ ਕਈ ਬਰਿਆਂ 'ਚ ਕਦੇ ਨਹੀਂ ਸੀ ਲੱਗੀ ਰੋਟੀ ਖਾਂਦੇ ਆ ਉਹ ਵਿਆਕਰ ਨਾਲ ਗੱਲਾਂ ਕਰਦੇ ਆ ਨੇਰੇ 'ਚ ਦਿਸਦੇ ਟੱਠੀ ਕੋਠੜੀ ਦੀਆਂ ਇਟਾਂ ਦੇ ਢੇਰਾਂ ਵੱਲ ਝਾਕਦਾ ਰਿਹਾ ਰੇਤੇ ਮਿੱਟੀ ਨਾਲ ਛਈਆਂ ਗੰਨੀਆਂ ਤੇ ਥੱਕੀਆਂ ਅੱਖਾਂ ਨੂੰ ਉਧਰ ਝਾਕਨ ਨਾਲ ਠੰਡ ਪੈ ਰਹੀ ਜਾਪਦੀ ਸੀ ਇਸ ਲਈ ਰੋਟੀ ਖਾਣ ਮਗਰੋਂ ਮੰਜੇ ਤੇ ਪੈ ਕੇ ਵੀ ਉਧਰ ਹੀ ਝਾਕ ਦਰ ਰਿਹਾ ਘੜੀ ਕੁ ਮਗਰੋਂ ਨੇ ਥਕੇਵਾ ਮੈਸ ਉਹਨੂੰ ਥਕੇਵਾ ਮਹਿਸੂਸ ਹੋਇਆ ਤੇ ਫਿਰ ਏਡੀ ਗੂੜੀ ਨੀਂਦ ਆਈ ਕਿ ਮੋੜ ਲੋਈ ਪਾਟਣ ਤਾਈਂ ਪਾਸਾ ਵੀ ਨਾ ਲਿਆ ਤੜਕੇ ਅੱਖ ਖੁੱਲਣਸਾਰੋ ਫੇਰ ਇੱਕਦਮ ਉੱਠ ਕੇ ਬਹਿ ਗਿਆ ਤੇ ਰਾਤ ਭੰਗ ਸਾਹਮਣੇ ਪਏ ਠਾਂ ਦੇ ਢੇਰਾਂ ਵੱਲ ਝਾਕਣ ਲੱਗ ਪਿਆ ਉਹਦਾ ਸਾਰਾ ਸਰੀਰ ਜਿਵੇਂ ਭਾਰਾ-ਭਾਰਾ ਸੀ ਜਿਵੇਂ ਲੱਤਾਂ ਬਾਹਾਂ ਕਾਠ ਦੀਆਂ ਹੋ ਉੱਚਿਰਤਾ ਮੰਜੀ ਤੋਂ ਹਿਲਣ ਨੂੰ ਜੀ ਨਾ ਕੀਤਾ ਚੜਦੇ ਚੇਤ ਦੀ ਠੰਡ ਪਿੰਡੇ ਤੇ ਮਾੜੀ ਮਾੜੀ ਚੁੱਭਦੀ ਸੀ ਗੋਡੇ ਉੱਤੇ ਰਜਾਈ ਛੁੱਟੀ ਬਿਛਨੇ ਨੇ ਰਤਾ ਕੁ ਅੱਖਾਂ ਮਲੀਆਂ ਉਹਨਾਂ 'ਚ ਖੁਰਖ ਹੋ ਰਹੀ ਸੀ ਫਿਰ ਜਦੋਂ ਅਸਮਾਨ ਵੱਲ ਤੱਕਿਆ ਤਾਂ ਤਾਰੇ ਅਜੇ ਤਾਈ ਸਰੋਂ ਦੇ ਫੁੱਲਾਂ ਵਾਂਗ ਖਿੜੇ ਨਿਖਰੇ ਹੋਏ ਸੀ ਉਹਨਾਂ ਵੱਲ ਵੇਂਦੇ ਅੱਖਾਂ ਨੂੰ ਕੁਝ ਠੰਡ ਜੀ ਲੱਗੀ ਤੇ ਉਹ ਮਿਚਣ ਲੱਗ ਪਈਆਂ ਪਰ ਨਾਲ ਦੇ ਨਾਲ ਉਹਦੀ ਨਿਗਾਹ ਪੂਰਬ ਵੱਲ ਖਿਲਰਦੀ ਚਟਿਆਈ ਉੱਤੇ ਪਈ ਤੇ ਉਹਨੇ ਰਜਾਈ ਗੋਡਿਆਂ ਉੱਤੋਂ ਲਾ ਕੇ ਪਰੇ ਭਗਾ ਮਾਰੀ ਫਿਰ ਸਿਰ ਤੇ ਪੱਗ ਬਲੇਟਦੇ ਆ ਜੁੱਤੀ ਪਾ ਕੇ ਕਾਲਾ ਕਾਲਾ ਬਾਹਰ ਨੂੰ ਤੁਰ ਪਿਆ ਦਿਨ ਛਿਪਦੇ ਤੋਂ ਪਹਿਲਾਂ ਪਹਿਲਾਂ ਬਿਛਨੇ ਨੇ ਦਿਆਗੁਰ ਬਿਛਨੇ ਤੇ ਦਿਆਗੁਰ ਨੇ ਕੋਠੜੀ ਦੀਆਂ ਦੋ ਕੰਧਾਂ ਲੱਕ ਲੱਕ ਤਾਈਂ ਉਸਾਰ ਲਈਆਂ ਚੱਜ ਨਾਲ ਰੋਟੀ ਵੀ ਨਹੀਂ ਖਾਧੀ ਸਾਰਾ ਦਿਨ ਲੱਗੇ ਰਹੇ ਇਹ ਦੋ ਹੀ ਕੰਧਾਂ ਉਹਨਾਂ ਪੂਰੀਆਂ ਕਰਨੀਆਂ ਸਨ ਬਾਕੀ ਦੋ ਪਹਿਲਾਂ ਹੀ ਕਾਇਮ ਸਨ ਫੁੱਲ ਵਾਲਿਆਂ ਦੀ ਹਵੇਲੀ ਦੀ ਕੰਧ ਤਾਂ ਪੱਕੀ ਸੀ ਚੰਦ ਦਰਜੀ ਦੇ ਪਾਸੇ ਵਾਲੀ ਖੁਰੀ ਹੋਈ ਹੋਣ ਕਰਕੇ ਉਹਦੀਆਂ ਜੜਾਂ ਚ ਦੋ ਚਾਰ ਰਦਿਆਂ ਦੀ ਬੱਚੀ ਚੜਾਉਣੀ ਪੈਣੀ ਸੀ ਬਿਛਨੇ ਦਾ ਖਿਆਲ ਸੀ ਕਿ ਸਾਰਾ ਕੰਮ ਤਿੰਨਾ ਚੌਂ ਦੇ ਨਾਲ ਜਿ ਨਿਭੜ ਜਾਣਾ ਸੀ ਆਥਣੇ ਕੰਮ ਤੋਂ ਹਟ ਕੇ ਬਿਛਨਾ ਵੇੜੇ 'ਚ ਬੈਠਾ ਆਪਣੀਆਂ ਉਹ ਸਾਰੀਆਂ ਕੰਧਾਂ ਦੀਆਂ ਇੱਟਾਂ ਤੇ ਰਦਿਆਂ ਵਿੱਚੋਂ ਬਾਹਰ ਨਿਕਲੇ ਗਾਰੇ ਵੱਲ ਝਾਕੀ ਜਾਂਦਾ ਸੀ ਦਿਆਕੁਰ ਰੋਟੀ ਟੁੱਕਦੇ ਆਰ ਲੱਗੀ ਹੋਈ ਸੀ ਉਦੋਂ ਬਿੱਲੀ ਚਾਲ ਤੁਰਦਾ ਮੁੱਦਾ ਬਿਛਨੇ ਕੋਲ ਆ ਘੜੋਤਾ ਤੇ ਕੁਝ ਚਿਰ ਚੁੱਪ ਕੀਤਾ ਉਹਦੇ ਵਾਂਗ ਹੀ ਕੰਧਾਂ ਵੱਲ ਝਾਕਦਾ ਰਿਹਾ ਪਰ ਬਿੰਦਕ ਪਿੱਛੋਂ ਅੜਵਾਈ ਬੋਲਿਆ ਆਹ ਭਾਈ ਕੀ ਕਰਨ ਲੱਗਿਆ ਪਹਿਲਾ ਹੈਰਾਨੀ ਨਾਲ ਬਿਸ਼ਨੇ ਨੇ ਬੁੱਧੇਵਾਲ ਵੇਖਿਆ ਫਿਰ ਮੁਸਕਰਾ ਕੇ ਅੱਖਣ ਲਗਿਆ ਇੱਥੇ ਆਪਾਂ ਨੂਰ ਮਹਿਲ ਬਣਾਵਾਂਗੇ ਸੰਖ ਮਲਮਲ ਦਾ ਇਹਦੇ ਨਾਲ ਹੀ ਉਰਲੇ ਪਾਸੇ ਤੇਰੇ ਆਸਤੇ ਉਸਾਰਾਂਗੇ ਕੁੰਨਸਕੋਟ ਚਤੌੜ ਦੇ ਕਿਲੇ ਅਰਗਾ ਬੁੱਧਾ ਹੱਸਿਆ ਕਿਉਂ ਹੱਸਦਾ ਹੈ ਗੰਭੀਰ ਜੇ ਮੂੰਹ ਬਣਾ ਕੇ ਬਿਸ਼ਨੇ ਨੇ ਕਿਹਾ ਮਹਿਲਾਂ ਦੀ ਰਾਖੀ ਕਰਨ ਨੂੰ ਅੜਦਲੀਆਂ ਵੀ ਤਾਂ ਚਾਹੀਦਾ ਹੈ ਕਿ ਨਹੀਂ ਬਿਸ਼ਨੇ ਦਾ ਮੂੰਹ ਵੱਡੇ ਬੂਏ ਹਾਲ ਸੀ ਬੁੱਧੇਵਾਲ ਝਾਕਦੇ ਅਚਾਨਕ ਉਹਨੂੰ ਗਲੀ 'ਚ ਕੋਈ ਬੰਦਾ ਤੁਰਿਆ ਜਾਂਦਾ ਰੁੱਕ ਕੇ ਉਹ ਕੋਕੜ ਕੋਕੜ ਅੰਦਰ ਵੇਂਦਾ ਦਿਸਿਆ ਤੇ ਵਿਸ਼ਨੇ ਨੇ ਬਿਨਾਂ ਸੋਚਿਆ ਉੱਚੀ 2 ਵਜਾ ਮਾਰੀਆਂ ਬਿੰਦ ਕੋ ਬੂਏ ਵੱਲ ਝਾਕਦੇ ਰਹੇ ਤੇ ਫਿਰ ਉਹਨਾਂ ਨੂੰ ਨਵੀਂ ਪਾਈ ਖੇਤੀਆ ਹੌਲੀ ਹੌਲੀ ਉਹ ਬੂਏ ਵੱਲ ਵੱਧਾ ਦਿਸਿਆ ਜਿਵੇਂ ਸਰਨ ਵਾਲੀ ਗਊ ਗਊ ਤੁਰਦੀ ਹੋਵੇ ਵਿਸ਼ਨ ਆਪਣੀ ਖਾਸ ਅਦਾਚ ਮੁਸਕਰਾਇਆ ਤੇ ਇੰਜ ਤੁਰੇ ਆਉਂਦੇ ਖੇਤੀ ਵੱਲ ਝਾਕਦੇ ਆ ਉਹਦੀਆਂ ਅੱਖਾਂ 'ਚ ਉਹ ਚਮਕ ਆਈ ਜੋ ਕਦੇ ਕਦੇ અપਾਰ ਖੁਸ਼ੀ ਵੇਲੇ ਆਉਂਦੀ ਸੀ ਆ ਓਏ ਬਰੀ ਦਿਹਾੜ ਤੇ ਹੋਰਾ ਬਿਸ਼ਨੇ ਨੇ ਉਹਦੇ ਲਈ ਮੰਝਾ ਮੰਝੇ ਉੱਤੇ ਥਾਂ ਖਾਲੀ ਛੱਡਦੇ ਆਂ ਸਰਾਣੇਵਾਲ ਹੋ ਕੇ ਵਿਚਾਲੇ ਵਾਣ ਤੇ ਹੱਥ ਮਾਰਿਆ ਤੇ ਮੁਸਕਰਾ ਕੇ ਬੋਲਿਆ ਤੂੰ ਤਾਂ ਕਰੋੜੀ ਮੱਲਾ ਸਾਡੇ ਘਰ ਸਾਡਾ ਘਰ ਹੀ ਭੁੱਲ ਗਿਆ ਜਿਵੇਂ ਕਿਤੇ ਬਲੈਤ ਨੂੰ ਉੱਠ ਗਿਆ ਹੁਣੇ ਹੋਰ ਸੁਣਾ ਕੀ ਹਾਲ ਚਾਲ ਆ ਬਾਲ ਬੱਚਾ ਸਭ ਰਾਜੀ ਆ ਛਾਣੀ ਕਿਹੜੀ ਰੰਗਾਂ ਚ ਇੱਕ ਬਿੰਦ ਹਏ ਤੇ ਆ ਝਿਜ ਗਿਆ ਉਹਨੇ ਬਿਸ਼ਨੇ ਦੇ ਮੰਝੇ ਉੱਤੇ ਖਾਲੀ ਛੱਡੇ ਥਾਂ ਵੱਲ ਵੇਖਿਆ ਫਿਰ ਨੀਵੀਂ ਪਾਈ ਹੌਲੀ ਦੇਣੀ ਥੋਤੀ ਸਾਹਮਣੇ ਪੁੰਜੀ ਬਹਿ ਗਿਆ ਕੋਣੀਆਂ ਗੋਡਿਆਂ ਉੱਤੇ ਧਰ ਕੇ ਹੱਥ ਸਿਰੋਂ ਤਾਂ ਕਰਦੇ ਆਂ ਓ ਜੋੜ ਲੈ ਕੇ ਉਹਦਾ ਚਿਹਰਾ ਬਾਹਾਂ ਚ ਲੁੱਕ ਗਿਆ ਪਰ ਉਦੋਂ ਇੱਕ ਹੱਥ ਸੱਜਰੀ ਮੁਨਾਈ ਟੈਂਡ ਤੋਂ ਦੇ ਫੇਰਦੇ ਆ ਦੂਜਾ ਤਾਂ ਰੱਖਦੇ ਆ ਜਿਵੇਂ ਕਾਸੀਵਲ ਸਹਨਤ ਕਰਦਾ ਹੋਵੇ ਮਰਨਉ ਆਸਟ ਬੋਲਿਆ ਠੀਕ ਸੰਬਿਸ਼ਨ ਸਿੰਘ ਜੋ ਦਿਹਾੜਾ ਟੱਪੀ ਜਾਂਦਾ ਭਰਾਵਾ ਕੀ ਕਿਰਪਾ ਨਾਲ ਭਗਮਾਨ ਕੀ ਧਿਆ ਗੈਲ ਬੁੱਧਾ ਹੁਣ ਤਾਂ ਹੀ ਹੇਤੀਏ ਨੂੰ ਆਉਂਦਿਆਂ ਬੈੰਦੇ ਆ ਤੇ ਇਉਂ ਹੋਰੂੰ ਜੇ ਗੱਲ ਕਰਦੇ ਆ ਵਿੰਦਾ ਰਿਹਾ ਸੀ ਪਰ ਹੁਣ ਉਹ ਵੀ ਮੁਸਕਰਾਉਂਦਿਆਂ ਇੱਕ ਮੁੱਢੇ ਉੱਤੇ ਬਹਿ ਕੇ ਹੇਤੀਏ ਦੇ ਪਲੇ ਚਿਬੜਰਗੇ ਨੱਕਵਲ ਤੇ ਝੁਰੜੀਆਂ ਭਰੇ ਚਿਹਰੇ ਵੱਲ ਗੌਰ ਨਾਲ ਝਾਕਣ ਲੱਗ ਪਿਆ। ਭਗਮਾਨ ਕੀ ਦਇਆ ਤਾਂ ਹੋਊਗੀ। ਵਿਸ਼ਨੇ ਨੇ ਮੁਸਕਰਾਉਂਦਿਆਂ ਲਿਸ਼ਕ ਦੀਆਂ ਅੱਖਾਂ ਨਾਲ ਉਹੇ ਹੇਤੀਏ ਵੱਲ ਝਾਕਦਿਆਂ ਹੱਸ ਕੇ ਕਿਹਾ, "ਪਰ ਤੂੰ ਐ ਕਿਉਂ ਬੋਲਦਾ ਜਿਵੇਂ ਪਾਣੀ ਝਾਰਾ ਨਿਕਲਿਆ ਹੁੰਦਾ।" ਹੇਤੀਏ ਦੇ ਪਿਲਪਲੇ ਮੋٹے ਹੋਠਾਂ ਉੱਤੇ ਆਪੇ ਜਿਵੇਂ ਪਤਲੀ ਜੀ ਮੁਸਕਰਾਟ ਆ ਗਈ। ਉਨੂੰ ਨੱਕ ਪੁੰਜਣ ਦੇ ਬਹਾਨੇ ਅੱਖ ਫਰਕਨ ਜਿੰਨੇ ਚਿਰ ਲਈ ਨਿਗਾ ਉੱਤੇ ਕਰਕੇ ਬਿਸ਼ਨੇ ਤੇ ਬੁੱਧੇਵਲ ਵੇਖਿਆ ਪਰ ਫਿਰ ਵਿਆਹਲੀ ਕੁੜੀ ਅੰਗ ਪਾਸੇ ਨਿਗਾ ਫੇਰ ਕੇ ਮੁੜਵੇਂ ਨੀਵੀਂ ਪਾ ਲਈ ਉਹਦੇ ਅਗੜ ਦੁਗੜੇ ਦੰਦਾਂ ਵਿੱਚੋਂ ਮਾੜੀ ਜੀ ਫੂਕੇ ਹੋ ਨਿਕਲੀ ਜਿਵੇਂ ਹੱਸਿਆ ਹੋਵੇ ਇਹ ਤਾਂ ਪਤਾ ਨਹੀਂ ਹੱਸਿਆ ਸੀ ਕਿ ਨਹੀਂ ਪਰ ਬਿਸ਼ਨਾ ਤੇ ਬੱਧਾ ਬੁੱਧਾ ਉਹਦਾ ਇਹ ਤਮਾਸ਼ਾ ਜਿਹਾ ਦੇਖ ਕੇ ਜ਼ਰੂਰ ਹੱਸ ਪਈ ਸੀ ਹੇਤੀਏ ਨੂੰ ਸ਼ਾਇਦ ਹੁਣ ਪੂਰਾ ਭਰੋਸਾ ਹੋ ਗਿਆ ਸੀ ਕਿ ਬਿਸ਼ਨੇ ਨੂੰ ਕਈ ਮਹੀਨੇ ਪਹਿਲਾਂ ਵਾਪਰੀ ਉਹ ਘਟਨਾ ਭੁੱਲ ਚੁੱਕੀ ਸੀ ਤੇ ਉਹ ਬਿਸ਼ਨਾ ਸੀ ਜਿਸ ਕੋਲ ਹੇਤੀਆ ਵਰਿਆ ਤੋਂ ਆਪਣੇ ਦਿਲ ਦੀ ਪੜਾਹਸ ਕੱਢਦਾ ਰਿਹਾ ਸੀ ਜਿਸ ਕੋਲੋਂ ਕਦੀ ਵੀ ਕੋਈ ਆਪਣੀ ਕਮਲੀ ਤੇ ਕਮਲੀ ਤੇ ਗੰਭੀਰ ਤੋਂ ਗੰਭੀਰ ਗੱਲ ਉਹ ਲੁਕਾ ਕੇ ਨਹੀਂ ਸੀ ਰੱਖ ਸਕਿਆ ਉਹਨੂੰ ਇੰਜ ਜਾਪਦਾ ਸੀ ਜਦੋਂ ਬਿਸ਼ਨੇ ਕੋਲ ਆਪਣੇ ਸਾਰੇ ਦੁੱਖ ਪੋਲ ਲੈਂਦਾ ਤਾਂ ਉਹਦੇ ਮਨ ਮਨ ਤੋਂ ਮਨਾਮੁਹੀ ਭਾਰ ਜਿਆ ਲੈ ਜਾਂਦਾ ਪਰ ਹੁਣ ਉਹਨੂੰ ਇਹੋ ਭਰ ਚੁੱਕੇ ਫਿਰਦੇ ਆਂ ਕਈ ਮਹੀਨੇ ਬੀਤ ਗਏ ਇਹਦੇ ਨਾਲ ਉਹਦੇ ਖੜ ਸੁੱਕ ਕੰਗਰੋੜ ਕੜਕਣ ਲੱਗ ਪਈ ਸੀ ਬਿਸਨ ਸਿੰਘ ਹੇਤੀਆ ਦਲੇਰੀ ਨਾਲ ਸਿੱਧਾ ਬਿਸ਼ਨੇ ਵੱਲ ਝਾਕਦੇ ਆਂ ਜਦੋਂ ਆਪਣੇ ਪੁਰਾਣੇ ਰੌਂਚੋ ਬੜਵਾਈ ਬੋਲਿਆ ਤਾਂ ਬਿਸ਼ਨੇ ਨੇ ਆਪਣਾ ਚਿਹਰਾ ਗੰਭੀਰ ਬਣਾ ਲਿਆ ਤੇ ਬੁੱਧੇ ਨੂੰ ਅੱਖ ਨਾਲ ਸਹਿਨਤ ਕਰਕੇ ਹੇਤੀਏ ਵੱਲ ਝਕਾਇਆ ਬਿਸਨ ਸਿੰਘ ਦੂਜੀ ਵਾਰ ਉਦੋਂ ਵੀ ਉੱਚੀ ਦੁਰਾਂਦਿਆਂ ਹੇਤੀਆ ਕੁਲਿਆਂ ਭਾਰ ਹੋ ਕੇ ਗੋਡਿਆਂ ਨੂੰ ਬਾਹਾਂ ਦੀ ਕੰੰਗੀ ਪਾਉਂਦਿਆਂ ਬੋਲਿਆ ਮਾਨਸ ਮਾਨਸ ਦਾ दारू ਹੋਵੇ ਭਗਵਾਨ ਸਭ ਕੀ ਦਿਲਾਂ ਦੀਆਂ ਜਾਣੇ ਪਰ ਜਿਤਨਾ ਆਪਾਂ ਸੱਜਣ ਮਿੱਤਰ ਦਾ ਦੁੱਖ ਜਾਣ ਸਕਿਆ ਉਤਨਾ ਤੂੰ ਸਿਆਣਾ ਆਹੋ ਭਗਵਾਨ ਨੇ ਤਾਂ ਤੇਰੀ ਥੋਤੀ ਦੀਆਂ ਜੂਆਂ ਦਾ ਵੀ ਧਿਆਨ ਰੱਖਣਾ ਹੋਇਆ ਉਹਨਾਂ ਦੀ ਗਤਮਿਤ ਵੀ ਜਾਨਣੀ ਹੋਈ ਕੀ ਕੀ ਕਰੇ ਵਿਚਾਰਾ ਤੇ ਜਦੋਂ ਵਿਸ਼ਨੇ ਨੇ ਗੱਲ ਹਾਸੇ ਚ ਪਾ ਕੇ ਕਹੀ ਤਾਂ ਇਹਤੀਆ ਬੜੀ ਗੰਭੀਰਤਾ ਨਾਲ ਆਪਣੀ ਗੱਲ ਸੁਤੇ ਸੁਭਾਈ ਉਹ ਕਰੀ ਗਿਆ ਜਿਵੇਂ ਉਹਨੇ ਵਿਸ਼ਨੇ ਦੀ ਗੱਲ ਸੁਣੀ ਨਾ ਹੋਵੇ ਉਨੂੰ ਇਹ ਵੀ ਪਤਾ ਨਹੀਂ ਸੀ ਲੱਗਿਆ ਕਿ ਕਦੋਂ ਦੀ ਦਿਆ ਕਰ ਛੱਪਰ ਹੀਠੋ ਆ ਕੇ ਉਹਦੇ ਖੱਬੇ ਪਾਸੇ ਖੜੋਤੀ ਟਾਕਾਂ ਤੇ ਹੱਥ ਤੇਰੀ ਮੁਸਕਰਾਉਂਦੇ ਆ ਉਹਦੇ ਵੱਲ ਝਾਕ ਰਹੀ ਸੀ ਬਿਸਨ ਸਿੰਘ ਜਦ ਮਾਨਸ ਕੀ ਆਤਮਾ ਦੁਖੀ ਹੋਵੇ ਨਾ ਤੋ ਕੋਈ ਸਹਾਰਾ ਟੁੰਡਦਾ ਤੋ ਤੁਸਿਆਣਾ ਇੱਕ ਸਹਾਰਾ ਤੇ ਹੋਵੇ ਤੋ ਹੋਵੇ ਭਗਵਾਨ ਦਾ ਪਰ ਦੂਸਰਾ ਸਹਾਰਾ ਪਾਇਆਂ ਦਾ ਸੱਜਣਾ ਮਿੱਤਰਾਂ ਕਾ ਘਰਬਾਰ ਕਾ ਬਾਲ ਬੱਚੇ ਕਾ ਹਾਂ ਬਾਲ ਬੱਚੇ ਕਾ ਅਰੋ ਕਿਆ ਕਿਹਾ ਕਰੇ ਕਿਹਾ ਹੋਰ ਕੀ ਕਰੇ ਵੀ ਜਿਹੜਾ ਤੇਰੇ ਵਾਂਗੂ ਜਮਾ ਊਠ ਦੀ ਪੋਛਰਗਾ ਹੋਵੇ ਉਹਨੂੰ ਸਹਾਰਾ ਸ਼ਾਮਚਿਉਰੀ ਦਾ ਸਣੇ ਦੇ ਆਕਰੋ ਤਨੇ ਹੱਸ ਪੇ ਪਰਹਿਤੀਆ ਟਿੰਡ ਤੇ ਹੱਥ ਫੇਰ ਦਿਆ ਜੀ ਉਵੇਂ ਗੰਭੀਰ ਬੈਠਾ ਸੀ ਬਿੰਦ ਕ ਚੁੱਪ ਕਰਨ ਪਿਛੇ ਉਹਨਾ ਤਿੰਨਾਂ ਵੱਲੋਂ ਬੇਧਿਆਨ ਹੀ ਉਹ ਫੇਰ ਬੋਲਿਆ ਬਿਸਨ ਸਿੰਘ ਹਾਂ ਹੇਤ ਰਾਮ ਕਰੋੜਪਤੀਆ ਬਿਸ਼ਨੇ ਨੇ ਫੇਰ ਹਸਾਉਣੇ ਰੌਂਚ ਕੇ ਹਾਂ ਬਿਸਨ ਸਿੰਘ ਸਿਆਣੇ ਕੂਆ ਕਾਇਆ ਕਰੇ ਜਿਸ ਤਨ ਲਾਗੇ ਸੋ ਤਨ ਜਾਣੇ ਕਿਆ ਕੋਈ ਪੀਰ ਪਰਾਈ ਸਮਝੇ ਜਿਸ ਮਾਨਸ ਕੀ ਆਤਮਾ ਦੁਖੀ ਹੋਵੇ ਉਸੇ ਨੇ ਸਾਰ ਹੁੰਦੀ ਹੈ ਇਹ ਬਾਣੀਆਂ ਬਕਾਲ ਕੌਮ ਬੜੀ ਗੰਦੀ ਕੌਮ ਹੁੰਦੀ ਇਸ ਬਿਸਨ ਸਿੰਘ ਵਪਾਰੀ ਆਦਮੀ ਅਸਲ ਮੇ ਆਦਮੀ ਕੋ ਨਹੀਂ ਰਹਿੰਦਾ ਅਬ ਮੈਂ ਉਹਨਾਂ ਸਾਲਿਆਂ ਕੇ ਮੁਨੀਮੀ ਕਰੂੰ ਬਿਸ਼ਨ ਸਿੰਘ ਭਗਮਾਨ ਕੀੜੇ ਚਲਾ ਦੇ ਜੋ ਗਰੀਬ ਲੋਕਾਂ ਨੇ ਦੁਖੀ ਕਰੇ ਬਿਸ਼ਨ ਸਿੰਘ ਮਾਰੇ ਦੇਸ਼ ਮੇ 1 ਕਰੋੜਪਤੀ ਸੇਠ ਦਾ 30 ਗਾਮਾ ਕਾ ਮਾਲਕ ਤੋ ਵਾ ਕੀੜੇ ਪੜ ਕੇ ਮਰਿਆ ਸਾਲਾ। ਹੇਤੀਏ ਦੀਆਂ ਬੇਸਿਰ ਪੈਰ ਪੈਰੀਆਂ ਕਰਕੇ ਬਿਛਨੇ ਨੂੰ ਹਾਸੇ ਆ ਰਹੇ ਸੀ। ਦਿਆਕਰੋ ਨੂੰ ਇਓ ਸਿਆਣਿਆਂ ਵਾਂਗ ਬੋਲਦੇ ਆ ਸੁਣ ਕੇ ਚਿੱਤੋਂ ਬੜੀ ਖੁਸ਼ੀ। ਜਿਵੇਂ ਉਹਨੂੰ ਸ਼ੱਕ ਹੋਵੇ ਵੀ ਇਹ ਹੇਤੀਆ ਹੀ ਸੀ ਜਾਂ ਕੋਈ ਹੋਰ ਬੰਦਾ। ਪਰ ਹੇਤੀਏ ਕਿਸੇ ਦਾ ਵੀ ਧਿਆਨ ਕੀਤੇ ਬਿਨਾ ਉਹਨਾਂ ਚਿਰ ਬੋਲੀ ਗਿਆ ਜਦ ਤਾਈ ਉਹਨੇ ਆਪਣੇ ਚਿੱਤ ਦਾ ਗੁਬਗੁਬਾਟ ਨਾ ਕੱਢ ਲਿਆ। ਜਦੋਂ ਚੁੱਪ ਕਰਕੇ ਤਸੱਲੀ ਨਾਲ ਆਸੇ-ਪਾਸੇ ਝਾਕਦਿਆਂ ਸਿਰ ਉਤੇ ਹੱਥ ਫੇਰ ਰਿਆ ਸੀ ਤਾਂ ਉਹਦੀਆਂ ਪੁਰਾਣੀ ਕਣਕ ਦੇ ਕੋਠੇ ਵਿੱਚ ਲੇਖਾਪਰੇ ਨਾਲ ਟੀਆਂ ਅੱਖਾਂ ਵਿੱਚ ਵਿਸ਼ਨ ਨੇ ਇੱਕ ਕਸਮਾੜੀ ਲੇਸ਼ਕ ਵੇਖੀ ਉਹਦਾ ਸਾਹ ਫੁੱਲ ਗਿਆ ਲੱਗਦਾ ਸੀ ਪਰ ਚਿਹਰੇ ਉਤੇ ਟਕਾਅ ਸੀ ਜਿਸ ਨਾਲ ਉਹਦੇ ਉਹਦਾ ਵੱਟੋ-ਵੱਟ ਮੱਥਾ ਵੀ ਚੰਗਾ ਲੱਗਦਾ ਸੀ ਬਸ ਮਸ਼ੀਨ ਬੰਦ ਰਿਕਾਟ ਮੁੱਕ ਗਏ ਪਿੱਛੋਂ ਦਇਆ ਕਰਨੇ ਹੌਲੀ ਦੇਣੇ ਆਖਿਆ ਹੇਤੀ ਨੇ ਧੌਣ ਪਛਾਂਪ ਪੁਆਈ ਤੇ ਦਿਆਕਰ ਨੂੰ ਵੇਖ ਕੇ ਉਹਦੇ ਹੋਠਾਂ ਤੇ ਅਜਾਈ ਮੁਸਕਰਾਹਟ ਖਿਲਰ ਗਈ ਕਿ ਦਿਆਕਰ ਨੂੰ ساری ਉਮਰ ਚ ਪਹਿਲੀ ਵਾਰ ਇੱਡਾ ਚੰਗਾ ਐ ਸ਼ਾਇਦ ਸੋਣਾ ਵੀ ਲੱਗਿਆ ਫਿਰ ਉਹਨੇ ਸਾਰਿਆਂ ਨੇ ਬਾਰੀ ਬਾਰੀ ਹੇਤੀਏ ਨੂੰ ਜਵਾਬ ਵੀ ਦਿੰਦਾ ਰਿਹਾ ਕਿ ਬੁੱਧੇ ਨੂੰ ਉਹਦੇ ਹੇਤੀਆ ਹੋਣ ਬਾਰੇ ਪਿਆ ਸ਼ੱਕ ਜਾਂਦਾ ਰਿਹਾ ਖਾਸਕ ਵੇਲਾ ਹੋ ਗਿਆ ਸੀ ਬੁੱਧਾ ਉੱਠ ਕੇ ਤੁਰ ਪਿਆ ਹੇਤੀਆ ਵੀ ਉੱਠ ਖੜੋਤਾ ਪਰ ਦਿਆਕਰ ਨੇ ਉਹਨੂੰ ਉਹਨਾਂ ਦੋਹਾਂ ਨੂੰ ਜੋੜ ਦੇ ਕੇ ਆਖਿਆ ਮੈਂ ਰੋਟੀ ਪਕਾਉਣ ਲੱਗਦੀ ਆਂ ਖਾ ਕੇ ਜਾਇਓ ਦੋਹੇ ਨਾਲ ਹੀ ਅੱਜ ਅਸੀਂ ਆਵਦੀ ਹਵੇਲੀ ਦੀ ਨੇਉਂਤਰੀ ਸੀ ਚੌਲ ਰੰਨੇ ਐ। ਇਹਦੀ ਹਵੇਲੀ ਦਾ ਨਾਮ ਸੁਣ ਕੇ ਪਹਿਲਾਂ ਦਿਆਗੁਰ ਵੱਲ ਤੇ ਫਿਰ ਚਾਰਚ ਫੇਰੇ ਝਾਕਿਆ ਤੇ ਕੋਠੜੀ ਦੀਆਂ ਲੱਖ ਲੱਖ ਉੱਚੀਆਂ ਕੰਧਾਂ ਵੇਖ ਕੇ ਹੈਰਾਨੀ ਨਾਲ। ਇਹੋ ਕੇ ਸਬਿਸਨਾ ਕਹਿੰਦੇ ਆ ਉਧਰ ਤੁਰ ਪਿਆ। ਕੋਲ ਜਾ ਕੇ ਕਿੰਨਾ ਟੋ ਟੋ ਕੇ ਕੰਧਾਂ ਨੂੰ ਵੇਖਦਾ ਰਿਹਾ। ਬੁੱਧੇ ਨੂੰ ਦਿਆਗੁਰ ਨੇ ਗੱਲਾਂ ਕਰਨ ਲਈ ਛੱਪਰ ਵੱਲ ਸੱਦ ਲਿਆ। ਬਿਸਨਾ ਹੈਤੀ ਕੋਲ ਜਾ ਕੇ ਉਹਨੂੰ ਆਪਣੇ ਨੂਰ ਮਹਿਲ ਦੀ ਉਸਾਰੀ ਦੀਆਂ ਵਿਵੰਤਾ ਦੱਸਣ ਲੱਗ ਪਿਆ। ਨੇਰਾ ਹੁੰਦਾ ਵੇਖ ਕੇ ਜਦੋਂ ਬੁੱਧੇ ਨੇ ਫੇਰ ਪਿੰਡ ਨੂੰ ਜਾਣ ਦੀ ਕਾਲ ਕੀਤੀ ਤਾਂ ਦਿਆਕਰ ਨੇ ਉਹਨੂੰ ਨਿਆਣੀਆਂ ਵਾਂਗ ਝਿੜਕੇ ਬਿਠਾ ਲਿਆ ਤੇ ਰਾਤ ਇੱਥੇ ਕੱਟਣ ਲਈ ਕਹਿ ਕੇ ਰੋਟੀ ਪਕਾਉਣ ਲੱਗ ਪਈ। ਕੋਚਰ ਪਿੱਛੋਂ ਬਿਸ਼ਨਾ, ਹੇਤਿਆ ਤੇ ਬੁੱਧਾ ਮੰਜਿਆਂ ਤੇ ਬੈਠੇ ਗੁੜ ਵਾਲੇ ਚੌਲ ਖਾ ਰਹੇ। ਆਪੋ ਵਿੱਚ ਮੁਖੌਲੋ ਮੁਖੌਲੀ ਹੋ ਰਹੇ ਸਨ। ਦਿਆਕਰ ਚਾਹ ਨਾਲ ਹੱਸਦੀ ਉਹਨਾਂ ਨੂੰ ਚੌਲ ਪਾਉਂਦੀ, ਦਾਲ ਰੋਟੀ ਫੜਾਉਂਦੀ। ਈਓਂ ਅੰਦਰ ਬਾਹਰ ਤੁਰੇ ਫਿਰਦੀ ਸੀ ਜਿਵੇਂ ਸੱਚੀ ਉਹਦੇ ਘਰ ਕੋਈ ਸਾਹ ਹੱਤ ਰਿਹਾ ਹੋਵੇ। ਹਾਸੇ ਦੀ ਛਣਕਾਰ ਨਾਲ ਉਹਦਾ ਅੰਗ-ਅੰਗ ਜਿਵੇਂ ਖੀਵਾ ਹੋਇਆ ਪਿਆ ਸੀ ਪਰ ਰੋਟੀ ਖਾ ਕੇ ਜਦੋਂ 헤ਤੀਆ ਜਾਣ ਲੱਗਿਆ ਤਾਂ ਚੰਚਕ ਉਹਦੇ ਉਪਲੇ ਨੱਕ ਦੀ ਬੰਬਲ ਵਧੇਰੀ 헤ਠਾ ਨੂੰ ਲੰਮੇ ਚਿਹਰੇ ਦੇ ਸਾਰੇ ਵੱਟ ਗੰਡੋਇਆ ਵਾਂਗੂ ਸੁਗਲੇ ਜੇ ਹੋ ਗਏ ਵਿਸਨਾ ਢਿੱਲਡ ਉਦਾਸ ਬੋਲ ਨਾਲ ਉਸਕਿਆ ਯੋ ਬਾਤ ਮੈਂ ਭੁੱਲੀ ਗਿਆ ਭਗਵਾਨ ਨੇ ਬੜੀ ਉਹ ਚੁੱਪ ਹੋਣਾ ਕਿ ਨਹੀਂ ਵਿਸਨੇ ਨੇ ਖੱਬੇ ਪੈਰ ਵਾਲੇ ਉਹ ਹੱਥ ਨਵਾਇਆ ਜਿਵੇਂ ਜੁੱਤੀ ਲਾਉਣ ਲੱਗਿਆ ਹੋਵੇ ਰਾਵੜੀ ਖਾਣੀਆਂ ਜਾਤੇ ਹੁਣ ਮਿੱਠੇ ਚੌਲਾਂ ਦਾ ਸਵਾਦ ਖਰਾਬ ਕਰਨ ਲੱਗਿਆ ਜਾਂ ਜਾਂਦਾ ਰਹਿ ਇਥੋਂ ਨਾ ਮੈਂ ਤੋਂ ਮੈਂ ਤੋਂ ਨੂੰ ਹੀ ਬਾਤ ਕਰੂੰ ਥਾ ਇਹ ਤੇ ਕਾਲੀ ਕਾਲੀ ਬੋਲਦੇ ਆਂ ਟਿੰਡੂ ਤੋਂ ਹੱਥ ਫੇਰਦਾ ਬੂਏ ਵੱਲ ਰੇਵਿਆ ਚਾਲੇ ਹੂੰ ਤੁਰ ਪਿਆ ਜਵੇਂ ਪਿੱਛੋਂ ਸੱਚੀ ਚਲਾਵੇਂ ਛੇਤਰ ਦਾ ਡਰ ਹੋਵੇ ਵੇਖ ਵੇਖ ਹੁਣ ਕਿਵੇਂ ਜਾਂਦਾ ਛੋਟੀ ਗੱਡੀ ਦੇ ਇੰਜਣਾਂ ਨੂੰ ਬਿਆਕਰ ਨੂੰ ਉੱਚੀ ਸਾਰੀ ਹੱਸ ਕੇ ਆਖਿਆ ਬੂਏ ਬਾਹਰ ਨਿਕਲਦੇ ਆ ਹੇਤੀਏ ਦੇ ਮੂੰਹ ਤੇ ਜਿਵੇਂ ਆਪੇ ਹੀ ਮੁਸਕਰਾਟ ਖਿੱਲਰ ਗਈ। ਉਹਨੂੰ ਆਪਣਾ ਸਰੀਰ ਹੌਲਾ ਫੁੱਲ ਜਾਪਣ ਲੱਗ ਪਿਆ ਤੇ ਅੱਖਾਂ 'ਚ ਪਿਆ ਖਪਰਾ ਵੀ ਹੁਣ ਨਹੀਂ ਸੀ ਰੜਕਦਾ। ਅੰਗ 22 ਕੁਝ ਦਿਨਾਂ ਮਗਰੋਂ ਜਦੋਂ ਬਿਸ਼ਨੇ ਤੇ ਦਿਆਕਰ ਨੇ ਕੋਠੜੀ ਸਿਰੇ ਚੜਾ ਕੇ ਲਿਪ ਪੋਚ ਲਈ। ਉਹਦੇ ਅਗਲੇ ਪਾਸੇ ਰੋਟੀ ਟੁਕਲੀ ਛੱਪਰ ਵੀ ਪਾ ਲਿਆ ਤੇ ਬਿਸ਼ਨੇ ਨੇ ਇੱਕ ਰੇੜੀ ਦੀ ਜੋੜੀ ਵਿੱਢ ਲਈ ਤਾਂ ਚੰਦ ਚੱਕ ਉਸੇ ਪੁਰਾਣੇ ਤਾਮਿਲ ਕੁੰਿੰਦੇ ਨੇ ਬੂਏ ਵਿੱਚੋਂ ਸੇਰਾ ਕੱਢਿਆ। ਆਪਣੀਆਂ ਬਰਾਤਾਂ ਖਿਲਰਨ ਦੇ ਡਰੋਂ ਬੁੱਲ ਕੱਸ ਕੇ ਕੁੱਟੀ ਬੱਕਰੀ ਦੇ ਲੀਵਾਰਗਾ ਝੋਲਾ ਲਮਕਾਉਂਦਾ ਬਿਨਾਂ ਕੁਝ ਬੋਲਿਆ ਸਿਰ ਨਵਾ ਕੇ ਤੇ ਮੱਥੇ 'ਵਲ ਹੱਥ ਲਾ ਜਾ ਕੇ ਹੂੰ ਕਰਦਿਆਂ ਗਾਂ ਲੰਗ ਆਇਆ ਬਿਸ਼ਨੇ ਨੇ ਉਹਦੇ ਵੱਲੋਂ ਵੇਖਿਆ ਜਿਵੇਂ ਉਹਦੀ ਪਛਾਣ ਚ ਨਾ ਆਇਆ ਹੋਵੇ ਪਿਛਲੇ ਸਾਲ ਨਾਲੋਂ ਉਹਦੀਆਂ ਹੜਬਾਂ ਬਧੇਰੇ ਨਿਕਲੀਆਂ ਸਨ ਟੁੱਟੀ ਖੁਸੀ ਜੇ ਯਾਨਕ ਵਿੱਚੋਂ ਇੱਕ ਆਖੂਕਾ ਮਿੱਟੀ ਲੱਗਦੀ ਸੀ ਮੱਥਾ ਕੁੱਡਣ ਵਰਗਾ ਮੱਚਿਆ ਹੋਇਆ ਆਜੀ ਤੁਹਾਡੇ ਸਾਹਮਣ ਹੈ ਉਨੇ ਚੋੜਾ ਲਾ ਕੇ ਪਸੀ ਧਰਦਿਆਂ ਤੇ ਪੱਗ ਦੇ ਲੰਮੇ ਟੋਰੇ ਨਾਲ ਮੱਥੇ ਤੋਂ ਮੁੜਕਾ ਪੁੰਜਦੇ ਆ ਮੁੜਕਾ ਪੁੰਜਦੇ ਆ ਕਿਆ ਵਿਸ਼ਨ ਨੇ ਪਹਿਲਾਂ ਉਹਦੇ ਪਿਛਲੇ ਬਰੇ ਨਾਲੋਂ ਵਧੇਰੇ ਵਿਰਲੇ ਤੇ ਮੈਲੇ ਦੰਦਾਂਵਲ ਵੇਖਿਆ ਫਿਰ ਉਹਵੇਂ ਹੈਰਾਨੀ ਜਿਹੀ ਨਾਲ ਉਹਦੇ ਹੱਥ 'ਚ ਫੜੇ ਕਾਗਜ਼ਵਲ ਵੇਖਨੇ ਕੋ ਰਖਤ ਬੋਲ ਨਾਲ ਘੂਰੀ ਵੱਟਦੇ ਆ ਪੁੱਛਿਆ ਅਜੇ ਕੋਈ ਹੋਰ ਕਸਰ ਰਹਿੰਦੀ ਸੀ ਹਾਂ ਜੀ ਆਪਾ ਤਾਂ ਮਹਾਰਾਜ ਹੁਕਮ ਦੇ ਬੰਦੇ ਬੰਦੇ ਹੋਏ ਅੱਪੇ ਥੋੜੋ ਕੁਝ ਲੈ ਆਈਦਾ ਜੋ ਹਜ਼ੂਰ ਪਾਸ਼ਾ ਦੀ ਅਦਾਲਤ ਹੁਕਮ ਕਰੇ ਬਜਾਉਣਾ ਪੈਂਦਾ ਨੌਕਰ ਜੁ ਹੋਏ ਜੀ ਪਹਿਲਾਂ ਤਾਂ ਵਿਸ਼ਨਾ ਸਣੇ ਉਹਦੇ ਹਜ਼ੂਰ ਪਾਸ਼ਾ ਤੇ ਉਹਨੂੰ ਗਾਲ ਕੱਢਣ ਲੱਗਿਆ ਪਰ ਫਿਰ ਉਹਦੀ ਫੁੱਟੀ ਚਿਲ ਮਰਗੇ ਮੂੰਹ ਹਲ ਵਿੰਦੇ ਆ ਉਹ ਵਿੰਗ ਨਾਲ ਮੁਸਕਰਾ ਕੇ ਉਹਦੇ ਇੱਕ ਹੱਥ ਵਿੱਚ ਸ਼ਾਈ ਨਾਲ ਲਿਬਰੇ ਡਾਂਕ ਤੇ ਦੂਜੇ ਹੱਥ ਚ ਘਟੋਬੀ ਤਰ੍ਹਾਂ ਫੜੇ ਰਤਾ ਕੰਬਰੇ ਸੰਮਣ ਵੱਲ ਝਾਕਣ ਲੱਗ ਪਿਆ ਲਓ ਜੀ ਦਸਖਤ ਕਰੋ ਜੀ ਵਿਸ਼ਨੇ ਨੂੰ ਆਪਣੇ ਵੱਲ ਜੋ ਵੀ ਇਹ ਨਜ਼ਰਾਂ ਨਾਲ ਤੱਕਦਿਆਂ ਵੇਖ ਕੇ ਤਾਮਿਲ ਕਨਿੰਦੇ ਨੇ ਵਧੇਰੀ ਘabri ਆਵਾਜ਼ ਚ ਕਿਹਾ ਤੇ ਫਿਰ ਹੋਲਡਰ ਪੁੰਜੇ ਰਾ ਕੇ ਪੱਗ ਦੇ ਲਾੜ ਨਾਲ ਮੂੰਹ ਪੁੰਜਿਆ ਮੂੰਹ ਪੁੰਜ ਕੇ ਮੁਰਛੇਤੀ ਤੇ ਨੇ ਹੋਲਡਰ ਫੇਰ ਚੁੱਕ ਕੇ ਬਿਛਨੇ ਵੱਲ ਉਵੇਂ ਵਿੰਗੀਆਂ ਉਂਗਲਾਂ ਨਾਲ ਗੰਭਦਾਇਆ ਬਿਛਨੇ ਨੇ ਬਿੰਦੂ ਕੋ ਹੋਰੋ ਦੇ ਵੱਲ ਮੂੰਹ ਆਲ ਚੱਕਿਆ ਫਿਰ ਬੋਲਿਆ ਜੇ ਹਾ ਫੜਨ ਜਾਣਦਾ ਹੁੰਦਾ ਤਾਂ ਤੇਰੇ ਵਾਂਗੂ ਹਜ਼ੂਰ ਪਾਛਾ ਨਾ ਬਣਿਆ ਹੁੰਦਾ ਮੈਂ ਤਾਂ ਬੱਬਾ ਲਾਉਣਾ ਜਾਣਦਾ ਖੱਬੇ ਹੱਥ ਦੀਆਂ ਉਂਗਲਾਂ ਮੀਚ ਕੇ ਆਪਣਾ ਚੋਣਾ ਕਰੜਾ ਅੰਗੂਠਾ ਬਿਸ਼ਨੇ ਨੇ ਠੋਸੇ ਜਿਹਾ ਵਖਾਉਂਦਿਆਂ ਉਹਦੇ ਸਾਹਮਣੇ ਕਰ ਦਿੱਤਾ ਅੱਖ ਫਲਕਾਰੇ ਚ ਪਤਾ ਨਹੀਂ ਕਿਹੜੇ ਵੇਲੇ ਤਾਂ ਮੀਲ ਕਨੇਂਦੇ ਨੇ ਹੋਲਡਰ ਕਰਨ ਚ ਟੰਗ ਕੇ ਝੋਲੇ ਚ ਇੱਕ ਟੁੱਟੀ ਜੀ ਡੱਬੀ ਖੋਲ ਕੇ ਉਹਦੇ ਅੱਗੇ ਧਰਤੀ ਬਿਸ਼ਨੇ ਨੇ ਉੱਚੀ ਸਾਰੀ ਵਾਕ ਰੂ ਕਹਿ ਕੇ ਅੰਗੂਠਾ ਉਹਦੇ ਉੱਤੇ ਧਰ ਕੇ ਦੱਬਿਆ ਤੇ ਕਾਗਜ਼ ਵੱਲ ਵਧਾਉਂਦਿਆਂ ਬੋਲਿਆ ਦੱਸ ਕਿੱਥੇ ਲਾਵਾਂ ਇੱਥੇ ਜੀ ਇੱਥੇ ਬੱਸ ਇੱਥੇ ਉਦੀ ਮੂੜਮੂੜ ਕਹੀ ਇੱਥੇ ਤੇ ਕਾਬਰੀ ਆਵਾਜ਼ ਨਾਲ ਬਿਸ਼ਨੇ ਦੇ ਮੂੰਹ ਤੇ ਬਿਲਕੁਲ ਅਸਾਧਾਰਨ ਮੁਸਕਰਾਟ ਆਈ ਜਿਸ 'ਚ ਹਮਦਰਦੀ ਦਾ ਪ੍ਰਭਾਵ ਪਰ ਤੱਕ ਸੀ ਉਹਦੇ ਵੱਲ ਗੌਰ ਨਾਲ ਨਿਗਾਹ ਲਾਈ ਬਿਸ਼ਨੇ ਨੇ ਕਾਗਜ਼ ਫੜਾਉਣ ਲੱਗਿਆ ਕਿ ਆਦਾਲਤੀਆ ਦੱਸਤਾ ਜਾਏ ਕੀ ਕੁਛ ਹੈ ਕਿਸੇ ਤੋਪ-ਤਾਪ ਚਲਾਉਣ ਦਾ ਮੁਕਦਮਾ ਹੈ ਕਿ ਫੌਜ ਮੁਕਾਬਲੇ ਦਾ ਏ ਜੀ ਇਹ ਜ਼ਬਰਨ ਕਬਜ਼ੇ ਦਾ ਜ਼ਬਰਨ ਕਬਜ਼ਾ ਤੋਤੀਮਲ ਬਲਦ ਭਮਨ ਸ਼ਾ ਪਰਗਨਾ ਸਕਨਾ ਫੂਲ ਨੇ ਕੀਤਾ ਤੁਹਾਡੇ ਤੇ ਆਪਣਾ ਲਕਾ ਤਕਾ ਛੇਤੀ ਛੇਤੀ ਇਸ ਮੇਟਕੇ ਤੇ ਇੱਕ ਕਾਗਜ਼ ਵਿਸ਼ਨੇ ਨੂੰ ਫੜਾ ਕੇ ਕਾਲਾ ਕਾਲਾ ਬੋਲਦੇ ਆਏ ਉਹ ਧੁਰ ਗਿਆ ਜਿਵੇਂ ਦੁਸ਼ਮਣਾਂ ਦੇ ਘੇਰੇ ਚ ਭੱਜਿਆ ਹੋਵੇ ਵਿਸ਼ਨੇ ਨੂੰ ਬਾਹਰ ਗਲੀ ਚੋ ਦੀ ਪੱਗ ਦਾ ਟੋਰਾ ਤੇ ਪਿੱਠ ਪਿਛੇ ਲਮਕ ਦਾ ਝੋਲਾ ਹੀ ਹਿਲਦਾ ਦਿਸਿਆ ਤੇ ਨਾਲ ਹੀ ਨਾਲ ਲੋਪ ਹੋ ਗਿਆ ਇਸ ਪਿਛੋਂ ਦੀ ਨਿਗਾ ਸੁੰਨੀ ਗਲੀ ਦੇ ਧੁੱਪ ਚ ਚਮਕਦੇ ਰੇਤੇ ਤੇ ਗੱਡੀ ਗਈ ਜਬਰਨ ਕਬਜ਼ਾ ਸੱਪ ਵਾਂਗ ਅੱਖਾਂ ਗੱਡ ਕੇ ਰੇਤੇਵਲ ਝਾਕਦੇ ਆ ਬਿਛਨੇ ਨੇ ਦੁਹਰਾਇਆ ਤੇ ਤਮਿਲ ਕਨਿੰਦਾ ਦਾ ਦਿੱਤਾ ਕਾਗਜ਼ ਮਰੋੜ ਕੇ ਜੇਬ ਚ ਪਾਉਂਦੇ ਆ ਉਹਦਾ ਚਿਹਰਾ ਚਿਹਰਾ ਪੱਠੀ ਚ ਤਪੇ ਫਾਲੇ ਵਾਂਗ ਤਪਣ ਲੱਗ ਪਿਆ ਅੱਖਾਂ ਦੇ ਕੋਈ ਸੂਹੇ ਹੋ ਗਏ ਤੇ ਮੂੰਹ ਦਾ ਸਵਾਦ ਇੰਨਾ ਖੋੜਾ ਜਿਹਾ ਪਿਆ ਜਿਵੇਂ ਕੋੜ ਤੁਮੇ ਦੀ ਜੜ ਚੱਬੀ ਹੋਵੇ ਜਬਰਨ ਕਬਜ਼ਾ ਇੱਕ ਵਾਰੀ ਉਹਨੇ ਫੇਰ ਬੋਲਿਆ ਤੇ ਉੱਠ ਕੇ ਪਿੱਠ ਪਿੱਛੇ ਹੱਥ ਜੋੜੀ ਕੋਠੜੀ ਦੇ ਅੰਦਰ ਚਲਾ ਗਿਆ ਦਿਆ ਕਰ ਕਰਨੀ ਸੀ ਨਵੀਂ ਕੋਠੜੀ ਚ ਐਵੇਂ ਇੱਕ ਢੇੜਾ ਦੇਖੇ ਫੇਰ ਬਾਹਰ ਆ ਗਿਆ ਸਿੱਧਾ ਪੁਰਾਣੀ ਕੋਠੜੀ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਵੱਲ ਤੁਰ ਪਿਆ ਅੰਦਰ ਜਾ ਕੇ ਕੁਝ ਚਿਰ ਚਾਰ ਚੁ ਫੇਰੇ ਕੰਧਾਂ ਵੱਲ ਝਾਕਦਾ ਰਿਹਾ ਤੇ ਮੁੜ ਬਾਹਰ ਆ ਗਿਆ ਕੋਠੜੀ ਦੇ ਬੂਹੇ ਅੱਗੇ ਖੜੋ ਕੇ ਸਾਰੇ ਵੇੜੇ 'ਚ ਚੰਗੀ ਤਰ੍ਹਾਂ ਨਿਗਾਹ ਮਾਰੀ ਤੇ ਅਚਵੀ ਨਾਲ ਵੱਡੇ 4-5 ਮਣ ਭਾਰੇ ਮੁੱਚਰ ਨੂੰ ਦੋ ਤਿੰਨ ਵਾਰ ਢੇੜਾ ਦੇ ਕੇ ਉਹ ਨਿਰਖਣ ਲੱਗ ਪਿਆ ਜਿਵੇਂ ਉਹਦੀ ਵਿਆਹ ਤੋਂ ਸੋਚਦਾ ਹੋਵੇ ਮੁੱਚਰ ਨੂੰ ਇੱਕ ਮੁੱਢੀ ਦਾ ਓਟਾ ਲਾ ਕੇ ਉਨੇ ਸੂਤ ਕਰਕੇ ਖੜਾ ਕਰ ਲਿਆ ਤੇ ਸੰਦਾਂ ਚੋਂ ਕੁਹਾੜਾ ਲਿਆ ਕੇ ਪੱਛਣ ਲੱਗ ਪਿਆ ਚਾਰਕ ਟੱਕਾਂ ਪਿੱਛੋਂ ਪੰਜਵਾਂ ਛੀਵਾ ਉਹਦੇ ਐਡੇ ਜ਼ੋਰ ਦੀ ਮਾਰਿਆ ਕਿ ਇੱਕ ਵੱਡਾ ਸਾਰਾ ਸੱਕ ਸੱਤ ਅੱਠ ਗੱਜ ਦੂਰ ਕੋਠੜੀ ਦੀ ਕੰਧ ਨਾਲ ਜਾ ਵਜਿਆ ਤੇ ਉਸ ਵੇਲੇ ਮਿੱਟੀ ਦਾ ਵੱਡਾ ਖਲੇ ਪੜ ਲੈ ਕੇ ਡਿੱਗ ਪਿਆ ਬਿਸ਼ਨਾ ਕੁਹਾੜਾ ਰੋਕ ਕੇ ਕੰਧ ਦੀਆਂ ਨੰਗੀਆਂ ਹੋਈਆਂ ਕੱਚੀਆਂ ਇੱਟਾਂ ਵੱਲ ਝਾਕਿਆ ਤੇ ਭਖੇ ਚਿਹਰੇ ਤੇ ਲਾਲੀ ਦੀ ਲਿਸ਼ਕ ਕੁਲੀ ਹੋ ਗਈ ਪੀੜੇ ਹੋਠਾਂ ਦੀ ਕਸ ਢਿੱਲੀ ਪੈ ਗਈ ਜਬਰਨ ਕਮਜਾ ਪਾਲਕੂ ਮਗਰੋਂ ਨੇ ਫੇਰ ਦੰਦ ਪੀ ਕੇ ਕਹਿੰਦੇ ਆਂ ਕੋਹਾੜਾ ਚਲਾਇਆ ਤਾਂ ਨਿੱਕਾ ਜਾ ਇੱਕ ਹੋਰ ਸੱਕ ਹਵਾ ਚ ਕਾਲ ਚਿੜੀ ਵਾਂਗ ਉੱਡਦਾ ਹਾਤੇ ਦੀ ਕੰਧ ਉੱਤੋਂ ਦੀ ਪਾਰ ਗਲੀ ਚ ਝੱਡ ਗਿਆ ਕਿੰਨੇ ਚਿਰ ਪਿਛੋਂ ਜਦੋਂ ਦਿਆਕਰ ਬਾਹਰੋਂ ਆਈ ਤਾਂ ਬਿਸ਼ਨੇ ਨੂੰ ਮੁੱਚਰ ਤੱਚਦਿਆਂ ਵੇਖ ਕੇ ਉਹਦੀ ਉਹਨੇ ਹੈਰਾਨੀ ਨਾਲ ਪੁੱਛਿਆ ਇਹਦਾ ਹੁਣ ਕੀ ਬੇਉਤਣ ਲੱਗਿਆ ਸਰਬੰ ਦਾ ਪਿਓ ਬਿਸ਼ਨਾ ਬਿੰਦ ਕੋ ਨਾਂ ਬੋਲਿਆ ਨਾ ਉਹਨੇ ਦਿਆਕਰ ਬੱਲੀ ਵੇਖਿਆ ਪਰ ਫਿਰ ਸਾਰੇ ਜ਼ੋਰ ਦਾ ਇੱਕ ਟੱਕ ਮਾਰਦੇ ਆਂ ਘੁੱਟਵੀਆਂ ਵਾਸਤੇ ਚੀਕਿਆ ਕਿਲੀਆਂ ਫੌੜੀ ਤੋਤੀ ਦੇ ਫੁੱਲ ਚੁਗਣ ਨੂੰ ਦਿਆਗੁਰ ਪਹਿਲਾਂ ਗੱਲ ਪੂਰੀ ਨਾ ਸਮਝੀ ਪਰ ਫਿਰ ਮੁਸਕਰਾ ਕੇ ਕੋਠੜੀ ਅੰਦਰ ਚਲੀ ਗਈ ਆਥਨ ਤਾਈ ਬਿਸ਼ਨਾ ਘੁੱਟਿਆ ਵਟਿਆ ਫਿਰਦਾ ਰਿਹਾ ਦਿਆਗੁਰ ਨੇ ਕਈ ਵਾਰੀ ਗੱਲਾਂ ਗੱਲਾਂ ਅਸਲ ਗੱਲ ਜਾਣਨ ਦਾ ਯਤਨ ਕੀਤਾ ਪਰ ਉਹ ਨਾ ਉਦੜਿਆ ਫਿਰ ਦਿਨ چھپے ਚੁੱਪਕੇ ਤਾ ਰੋਟੀ ਖਾਦੇ ਬਿਨਾ ਬਾਹਰ ਨੂੰ ਤੁਰ ਗਿਆ ਨੇਰੇ ਹੋਏ ਸਾਰੇ ਦਿਨ ਦਾ ਥੱਕਿਆ ਟੁੱਟਿਆ ਕਾਨੀਆਂ ਬਾਜ਼ਾਰੋਂ ਸਿੱਧਾ ਇੱਧਰ ਹੀ ਤੁਰਿਆ ਆਇਆ ਕਿ ਤੇ ਮੁੰਡਾ ਸਾਸਾ ਸਿਰੋਂ ਲਾ ਕੇ ਦਿਆਕਰ ਦੇ ਮੰਝੇ ਕੋਲ ਪਾਇ ਤੱਛੇ ਮੁੱਚਰ ਉੱਤੇ ਰੱਖ ਕੇ ਆਪ ਭੁੰਨੇ ਬੈੰਦੇ ਆ ਬੋਲਿਆ ਤਾਈ ਤਾਉ ਇਕੱਠੇ ਗਿਆ ਦਿਆਕਰ ਨੇ ਪਿਆ ਪਿਆ ਉਹਦੇ ਵੱਲ ਝਾਕਿਆ ਛੱਪਰ ਦੀ ਥੰਮੀ ਨਾਲ ਟੰਗੀ ਲਾਲਟਨ ਦੇ ਚਾਨਣੇ ਉਨ ਉਹਦੀ ਸ਼ਕਲ ਉਹਨੂੰ ਚੁੜੇਲਾਂ ਵਰਗੀ ਲੱਗੀ ਦਾੜੀ ਦੇ ਦੋ ਦੋ ਉਂਗਲ ਵਦੇ ਖਰਚੇ ਸੁਕੜੂ ਹੈ ਕਤੇ ਚਾਏ ਵਰਗੇ ਵਾਲ ਤੇ ਮੁੜ ਕੇ ਤੇ ਮੁਸ਼ਕ ਕਰਕੇ ਦਿਆ ਕਰ ਨੂੰ ਸੂਗਲਾ ਜਿਹਾ ਲੱਗਿਆ ਕਿਉਂ ਤਾਉ ਤੋ ਗੰਗਣਾ ਕਰਾਉਣਾ ਹੈ ਮੇਰੀ ਰਿਹੜੀ ਕੀ ਜੋੜੀ ਬਸ ਸਾਰੀ ਟੁੱਟੀ ਪਈ ਸ ਹੈ ਕਾਮ ਕਾ ਜੋਰ ਪੜਨ ਲੱਗ ਰਿਆ ਨੂੰ ਸੋਚੂੰ ਕਿਤੇ ਵਿਚਵੇਂ ਡੋਬਾ ਨਾ ਦੇ ਜਾਏ ਕਿਰਾਏ ਦੇ ਪੈਸੇ ਲਿਆਂਦੇ ਆ ਪੀਸੇ ਉਹ ਬੜਵਾਹ ਕਾਨੀਆ ਆਪਣੀ ਲੰਮੀ ਬੋਦੀ ਨੂੰ ਹੱਥ ਮਾਰਦੇ ਜਿਵੇਂ ਤਰਬ ਗਿਆ पीसे थोड़े से आज लिया जे मगरले चौ महीनिया के खड़े वो तेरा प्यो वा वाह ताई बस पाँच सात दिन में दे दूंगा काम का कमन रे रहा नहीं तो दे एक मारी छोरी के माता निकल पड़ी कदों कर दयाकुर आवाज का रों एकदम बदल गया अठ दस दिन हो गए ताई फिर उन्हें लांगड़ी धोती तो का टंगिया लड़ खोलिया ਪੱਲੇ ਨੂੰ ਕਸ ਕੇ ਦਿੱਤੀਆਂ ਦੋ ਤਿੰਨ ਗੰਢਾਂ ਨੂੰ ਖੋਲਣ ਲੱਗ ਪਿਆ ਨਵਾ ਨਾਲ ਦੰਦਾ ਨਾਲ ਖਿੱਚ ਖਿੱਚ ਕੇ ਗੰਢਾਂ ਖੋਲਣ ਪੇਛੋਂ ਉਹਨੇ ਕੁਛ ਆਨੇ ਦਵਾਨੀਆਂ ਦੇ ਨਾਲ ਇੱਕ ਮਰੋੜ ਕੇ ਗਰੋਲੀ ਜਿਹਾ ਬਣਾਇਆ ਨੋਟ ਕੱਢਿਆ ਤੇ ਭਾਨ ਗਿਣਨ ਲੱਗ ਪਿਆ। ਦਿਆਕੁਰ ਗੌਣ ਨਾਲ ਉਹਦੇ ਵੱਲ ਵਹਿੰਦੀ ਰਹੀ ਹੌਲੀ ਹੌਲੀ ਉਹਨੂੰ ਕਾਨੀਏ ਦਾ ਮੂੰਹ ਹੋਰ ਡਰਾਉਣਾ ਜਿਹਾ ਲੱਗਣ ਲੱਗ ਪਿਆ ਜਿਵੇਂ ਮੁਰਦਾ ਦੱਬ ਕੇ ਕੱਢਿਆ ਹੋਵੇ। ਲੈ ਤਾਈ ਸਾਰੇ 2 ਰੁਪਏ ਤੇ ਰਾਨੇ ਇੱਕ ਪੀਸਾ ਸ ਹੈ। ਉਹਦੇ ਮੁੱਖ ਉਨੇ ਮੁਠੀ ਚ ਸਾਰਾ ਕੁਝ ਘੁੱਟ ਕੇ ਦਿਆਗੁਰ ਬਲ ਵਧਾਉਂਦਿਆਂ ਕਿਹਾ ਦਿਆਗੁਰ ਨੇ ਕਾਨੀਏ ਦੇ ਮੂੰਹ ਵੱਲੋਂ ਨਿਗਾਹ ਹਟਾ ਕੇ ਉਹਦੀ ਮੁਠੀ ਚੋਂ ਬਾਹਰ ਨਿਕਲੇ 2 ਰੁਪਿਆਂ ਦੇ ਨੋਟ ਦੀ ਕੰਨੀ ਖਿੱਚੀ ਤੇ ਬੋਲੀ ਹਾ ਭਾਨ ਪੂਨ ਨਹੀਂ ਮੈਥੋਂ ਸੰਭੀ ਜਾਂਦੀ ਬਾਕੀ ਰਹਿੰਦੇ ਫੇਰ ਦੇ ਜੀ ਇਕੱਠੇ ਆ ਦੋ ਤੇਰੇ ਆ ਗਏ ਕਾਨੀਏ ਨੇ ਬਿੰਦਕ ਮੁਠੀ ਖੋਲ ਕੇ ਉੱਥੇ ਹੀ ਹੱਥ ਰੱਖਿਆ ਤੇ ਇੱਕ ਦੋ ਵਾਰੀ ਨੀਵੀਂ ਪਾਈ ਕਦੇ ਦਿਆਗੁਰ ਦੇ ਮੂੰਹ ਹਲ ਤੇ ਕਦੇ ਭਾਨ ਵੱਲ ਵੇਂਦਾ ਰਿਆ ਪਰ ਫਿਰ ਮੁੜ ਸਾਰੀ ਭਾਨ ਧੋਤੀ ਦੇ ਪੱਲੇ ਚ ਬੰਨਣ ਲੱਗ ਪਿਆ ਲੜ ਸੂਤ ਕਰਕੇ ਟੰਗਦਿਆਂ ਮੁੱਚਰ ਤੇ ਪਿਆ ਮੰਟਾਸਾ ਕਛਛ ਦੇ ਕੇ ਉਠ ਖੜੋਤਾ ਤੇ ਟੈਕਵੀ ਆਵਾਜ਼ ਤੋਂ ਬੋਲਿਆ ਚੰਗਾ ਫਿਰ ਤਾਉ ਨੂੰ ਜਿਹੜੀ ਕਿ ਯਾਦ ਕਰਵਾ ਦਿਓ ਤਾਈ ਛੇਤੀ ਦੋ ਚਾਰ ਦਿਨ ਦਿਨਾ ਮੈਂ ਹੀ ਬਣਾ ਦੇ ਤੇ ਫਾਂਚੀਆਂ ਲੱਤਾਂ ਕੁੱਕੜ ਵਾਂਗ ਹਲਾਉਂਦਾ ਤੁਰ ਗਿਆ ਬਿਸਨਾ ਤਕੜੀ ਰਾਤ ਗਿਆ ਮੁੜਿਆ ਉਹਨੂੰ ਰੋਟੀ ਖਾਂਦੇ ਨੂੰ ਜਦੋਂ ਦਿਆਕਰ ਨੇ ਕਹਾਣੀ ਬਾਰੇ ਦੱਸਿਆ ਤਾਂ ਉਹਨੇ ਅਦਰ ਡੋਲੀਆਂ ਨਾਬਾ ਨਾਲ ਨਿਗਾਹ ਮਾਰੀ ਤੇ ਛੇਤੀ ਛੇਤੀ ਵੱਡੀਆਂ ਵੱਡੀਆਂ ਬੁਰਕੀਆਂ ਪਾਉਣ ਲੱਗ ਪਿਆ ਦੋ ਰੋਟੀਆਂ ਵੀ ਪੂਰੀਆਂ ਉਹਨੇ ਨਾ ਖਾਧੀਆਂ ਤੇ ਬਾਕੀ ਦੋ ਵਿੱਚੇ ਛੱਡ ਕੇ ਉੱਠ ਖੜੋਤਾ ਥਮੀ ਨਾਲੋਂ ਲਾਲਟਨ ਲਾ ਕੇ ਨਾਬਾ ਰੰਧਨ ਜਾ ਲੱਗਿਆ ਵਿਆਹਕੁਰ ਨੇ ਇੱਕ ਵਾਰੀ ਕੁਝ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਪਰ ਫਿਰ ਭਾਂਡੇ ਸਾਹਮਣੇ ਮੰਜੇ ਤੇ ਆ ਬੈਠੇ ਬਿੰਦਕ ਪਿੱਛੋਂ ਖੇਡਣ ਲੱਗ ਪਈ ਘੰਟਾ ਦੋ ਘੰਟੇ ਅੱਧੀ ਰਾਤ ਤਾਈਂ ਉਹ ਖੇਡਦੀ ਰਹੀ ਫਿਰ ਨਢਾਲ ਹੋ ਕੇ ਮੰਜੀ ਤੇ ਡਿੱਗ ਪਈ ਪਰ ਬਿਸ਼ਨਾ ਉਦੋਂ ਤਾਈਂ ਕੰਮ ਲੱਗਿਆ ਰਿਹਾ ਜਦ ਤਾਈਂ ਦੋਏ ਨਾ ਬੰਨ ਚੰਗੀ ਤਰ੍ਹਾਂ ਰੰਦ ਕੇ ਸੱਲਣ ਜੋਗੇ ਨਾ ਹੋ ਗਈਆਂ ਅੰਗ 23ਵਾਂ ਪਿਛਲੇ ਸਾਲ ਦੀ ਕੈਦ ਨੂੰ ਪੂਰਾ ਹੋ ਰਹੀ ਅਜੇ ਹੋਇਆ ਸੀ ਕਿ ਫੂਲ ਵਾਲਿਆਂ ਦੇ ਹੱਥੇ ਉੱਤੇ ਜ਼ਬਰਨ ਕਬਜ਼ਾ ਕਰਨ ਦੇ ਜੁਰਮ 'ਚ ਅਦਾਲਤ ਨੇ ਬਿਛਨੇ ਨੂੰ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਜਦੋਂ ਇਹ ਗੱਲ ਬੁੱਧੇ ਨੇ ਭਗਤੇ ਨੂੰ ਦੱਸੀ ਤਾਂ ਉਹ ਕੰਮ ਛੱਡ ਕੇ ਨਿਮੋ ਚੁਣਾ ਹੋ ਕੇ ਬਹਿ ਗਿਆ ਕੀ ਹਾਲ ਹੋਊ ਬਾਈ ਦਾ ਬੁੱਧਿਆ ਉਹਨੇ ਫਿਕਰਮੰਦ ਆਵਾਜ਼ ਚ ਕਿਹਾ ਤੇ ਉਹਦਾ ਚਿਹਰਾ ਉਦਾਸ ਹੋ ਗਿਆ ਹਾਲਕਾ ਦਾ ਹੋਣਾ ਬੁੱਧੇ ਨੇ ਡੂੰਗੇ ਡੂੰਗਾ ਹੋਕਾ ਫਿਰਿਆ ਕਿਵੇਂ ਨਾ ਕਿਵੇਂ ਤੂੰ ਨਹੀਂ ਸਮਝਾ ਸਕਦਾ ਉਹਨੂੰ ਮੈਂ ਬੁੱਧੇ ਨੇ ਹੈਰਾਨੀ ਨਾਲ ਕਿਹਾ ਤੂੰ ਅੱਧੀ ਉਮਰ ਉਹਦੇ ਨਾਲ ਕੱਟੀ ਐ ਬਾਈ ਭਲਾ ਕਿਸੇ ਦੀ ਗੱਲ ਮੰਨਣ ਵਾਲਾ ਐ ਗੱਲ ਤਾਂ ਦੋ ਘੜੀ ਉਹ ਰੱਬ ਦੀ ਨਹੀਂ ਮੰਨਦਾ ਤੂੰ ਮੈਂ ਤਾਂ ਕਿਹਦੇ ਪਾਣੀ ਹਾਰ ਭਗਤੇ ਦਾ ਕੰਮ ਐਡਾ ਚੰਗਾ ਚੱਲ ਪਿਆ ਸੀ ਕਿ ਉਹ 5-700 ਨਗਦ ਜੋੜਨ ਪਿੱਛੋਂ 3-400 ਦਾ ਮਾਲ ਵੀ ਅਜੇ ਅੰਦਰ ਰੱਖੀ ਬੈਠਾ ਸੀ ਉਹਦੇ ਕੋਨੇ ਸੁਭਾ ਕਰਕੇ ਜਿੱਥੇ ਉਹਦੇ ਪੁਰਾਣੇ ਗਾਹਕ ਪੱਕੇ ਸੀ ਉਥੇ ਨਵੇਂ ਵੀ ਬੜੇ ਬਣ ਗਏ ਸੀ ਵਾਹ ਲੱਗਦੀ ਉਹ ਹਮ ਨਾਲੋਂ ਘੱਟ ਮੁੱਲ ਤੇ ਵੀ ਮਾਲ ਝਕਾ ਦਿੰਦਾ ਪਰ ਗਾਹਕ ਨੂੰ ਮੋੜਲ ਨਹੀਂ ਸੀ ਦਿੰਦਾ ਮੰਡੀ ਦੇ ਵਪਾਰੀਆਂ ਹਟਵਾਣੀਆਂ ਦੇ ਚੰਗੇ ਸਰ ਦੇ ਪੁੱਜ ਦੇ ਲੋਕਾਂ ਤਾਂ ਹੀ ਵੀ ਉਹਨਾਂ ਉਹਨੇ ਆਪਣੀ ਪਹੁੰਚ ਬਣਾ ਲਈ ਸੀ ਤੇ ਕਦੇ-ਕਦੇ ਆਪਣੀ ਦੁਕਾਨਦਾਰੀ ਉੱਤੇ ਸੱਚੀ ਮਾਣ ਹੋਣ ਲੱਗ ਪੈਂਦਾ ਸੀ ਜੇ ਬਾਈ ਮੰਨ ਜਾਈ ਤਾਂ ਉਹਨੂੰ ਆਖੀਏ ਬਿੱਤੂ ਆਪਣੇ ਅੰਦਰਲੇ ਘਰ ਦੇ ਪਰਲੇ ਦਰਵਾਜ਼ੇ 'ਚ ਰਾਮਲਾ ਰਾਮਨਾਲ ਬੈਠਾ ਰਿਹਾ ਕਿ ਲੈਣਾ ਇਹ ਨਾ ਬਖੇੜਿਆਂ ਚੋਂ ਖਰਚ ਦੋ ਹਾਂ ਜੀਆਂ ਦਾ ਆਪਾਂ ਦਿੰਦੇ ਰਹਾਂਗੇ ਹੁਣ ਵੀ ਉਹਨੇ ਬੁੱਧੇ ਨੂੰ ਜਦੋਂ ਇਹ ਗੱਲ ਆਖੀ ਤਾਂ ਸ਼ਾਇਦ ਉਹਦੇ ਚਿੱਤ ਚ ਆਪਣੀ ਚੰਗੀ ਹਾਲਤ ਦਾ ਹੀ ਅਹਿਸਾਸ ਜਾਂ ਮਾਨਸਿਕ ਪਰ ਬੁੱਧਾ ਉਹਦੀ ਗੱਲ ਸੁਣ ਕੇ ਨੀਵੀਂ ਪਾਈ ਬੈਠਾ ਰਿਹਾ ਉਹਨੇ ਭਗਤੇ ਦੀ ਉਹਨੂੰ ਭਗਤੇ ਦੀ ਗੱਲ ਖੋਚੀ ਜੀ ਲੱਗੀ ਬਿੰਦਕ ਵਿੱਚ ਉਹਨੇ ਗੰਭੀਰਤਾ ਨਾਲ ਆਖਿਆ ਤੇਰੇ ਚਿੱਤ ਚ ਹੈ ਵੀ ਇਹ ਗੱਲ ਮੰਨ ਜੂਗਾ ਭਾਈ ਉਦਾਸਵਾ ਭਗਤਿਆ ਉਹਦੇ ਹੱਡਾਂ ਨਾਲ ਹੀ ਜਾਉ ਤੇਰੇ ਮੇਰੇ ਫਿਕਰ ਕੀਤੇ ਐ ਕੁਛ ਨਹੀਂ ਬਣਦਾ ਬੁੱਧੇ ਨੇ ਲੰਮਾ ਹੋ ਕੇ ਵਰਗਾ ਸਾਲ ਲੈਂਦੇ ਆ ਆਖਿਆ ਜਿਵੇਂ ਬਿਸ਼ਨੇ ਤੇ ਦਿਆਕਰ ਲਈ ਵੱਧ ਤੋਂ ਵੱਧ ਇਹੋ ਕਰ ਸਕਦਾ ਹੋਵੇ ਭਗਤਾਂ ਬਿੰਦ ਕਹੋਰ ਨੇ ਮੂੰਹ ਝੂਣਾ ਬੈਠਾ ਰਿਹਾ ਪਰ ਫਿਰ ਬੇਧਿਆਨਾ ਹੋ ਕੇ ਕੰਮ ਕਰਨ ਲੱਗ ਪਿਆ ਕੰਮ ਤੋਂ ਹਟ ਕੇ ਆਥਣੇ ਜਦੋਂ ਘਰ ਆਇਆ ਤਾਂ ਕਰਤਾਰੀ ਨੇ ਉਹਨੂੰ ਮੂੰਹ ਹੱਥ ਵੀ ਨਾ ਧੋਣ ਦਿੱਤਾ ਪਹਿਲਾਂ ਹੀ ਆਪਣੀ ਕਥਾ ਛੇੜ ਲਈ ਵੇਖਦਾ ਕੀ ਹਾਲ ਹੁੰਦਾ ਇਰਨਾ ਤੇ ਖੁਸ਼ੀ ਮਹਿਸੂਸ ਕਰਦੇ ਹਾਂ ਉਸਕੇ ਜੇ ਹੁਣ ਤਾਈ ਨਾਲ ਰਹਿੰਦੇ ਤਾਂ ਇੱਥੋਂ ਵੀ ਵੰਡੇ ਦਾ ਪ੍ਰਸ਼ਾਦ ਮਿਲ ਜਾਣਾ ਸੀ ਇਹਦਾ ਕਾਨੂੰਨ ਹੀ ਆਪਦੇ ਬਣਾਈ ਫਿਰਦੇ ਐ ਜੀ ਕੀਤਾ ਕਿਸੇ ਦਾ ਘਰ ਦੱਬ ਲਿਆ ਜੀ ਕੀਤਾ ਜਿੰਦਾ ਭੰਨ ਲਿਆ ਕੁਚੇ ਨੂੰ ਬੋਲੀ ਗਈ ਭਗਤਾਂ ਚੁੱਪ ਕੀਤਾ ਸੁਣੀ ਗਿਆ ਅੱਜ ਕਰਤਾਰੀ ਅਜਿਹੀਆਂ ਗੱਲਾਂ ਕਰਦੀ ਉਹਨੂੰ ਏਡੀ ਬੁਰੀ ਨਹੀਂ ਸੀ ਲੱਗ ਰਹੀ ਨਫ਼ਰਤ ਨਾਲ ਨੱਕ ਚੜਾਉਂਦੇ ਆ ਜਦੋਂ ਉਹਨੇ ਆਖਿਆ ਆਪਦੀਆਂ ਕੀਤੀਆਂ ਆਪ ਭੁਗਤਣ ਅਸੀਂ ਕੋਈ ਸਾਰੀ ਉਮਰ ਐਵੇਂ ਨਾਲ ਮਰਨ ਦਾ ਠੇਕਾ ਤਾਂ ਨਹੀਂ ਲਿਆ ਤਾਮੀਪਕ ਤਾ ਚੁੱਪ ਰਿਹਾ ਹੁਣ ਉਹਨੇ ਬਿਸ਼ਨੇ ਤੇ ਦਿਆਗੁਰ ਨਾਲ ਪਹਿਲਾਂ ਵਾਲੀ ਹੰਦਰਦੀ ਨਹੀਂ ਸੀ ਰਹੀ ਸਗੋਂ ਹਿਰਖ ਜਿਹਾ ਚੜ ਰਿਆ ਸੀ ਕਿ ਉਹ ਆਪਣੇ ਅਖੜਪੁਣੇ ਤੇ ਮੂਰਖਤਾ ਵਿੱਚ ਅਜਿਹੀਆਂ ਗੱਲਾਂ ਕਰਕੇ ਉਹਦੀ ਕਬੀਲਦਾਰੀ ਦਾ ਗਰ ਰੋਕ ਰੇ ਸੀ ਕਦੇ ਕਦੇ ਉਹਨੂੰ ਦੁੱਖ ਹੁੰਦਾ ਹੈ ਵੀ 35 ਵਰਿਆਂ ਦੀ ਉਮਰ ਤਾਈ ਉਹ ਕਿਉਂ ਉਹਨਾਂ ਦੇ ਪਿੱਛੇ ਬਲੂੰਗੜੇ ਵਾਂਗ ਤੁਰਿਆ ਫਿਰਿਆ ਪਹਿਲਾਂ ਹੀ ਆੱਡੋ ਹੋ ਕੇ ਹੁਣ ਤਾਈ ਉਹਨੇ ਆਪਣਾ ਕਿੱਡਾ ਵੱਡਾ ਕਾਰੋਬਾਰ ਚਲਾਇਆ ਹੁੰਦਾ ਕਈ ਦਿਨ ਮਗਰੋਂ ਇੱਕ ਦਿਨ ਭਗਤੇ ਕੋਲ ਫੁੱਲਾਂ ਵਾਲਾ ਉਹ ਤੋਤੀ ਆਇਆ ਤੇ ਉਰਲੀਆਂ ਪਰਲੀਆਂ ਗੱਲਾਂ ਮਾਰਨ ਵਿੱਚੋਂ ਅਸਲ ਗੱਲ ਛੇੜਦਿਆਂ ਬੋਲਿਆ ਕਾਰੀਗਰਾਂ ਇਹ ਗੁੱਸਾ ਨਾ ਮੰਨੇ ਤਾਂ ਇੱਕ ਗੱਲ ਅੱਖਾਂ ਗੁੱਸਾ ਕਾਹਦਾ ਚੌਧਰੀ ਹੁਕਮ ਕਰ ਤੈਨੂੰ ਤੇਰੇ ਭਰਾ ਦੇ ਸੁਭਾਅ ਦਾ ਤਾਂ ਪਤਾ ਹੈ ਨਾਲੇ ਵੇਖ ਲੈ ਕਿਵੇਂ ਆਪਾਂ ਖੱਜਲ ਹੋਇਆ ਤੇ ਨਾਲੇ ਸਾਨੂੰ ਕੀਤਾ ਅਸੀਂ ਹੁਣ ਸੋਚਿਆ ਵੀ ਕਾਹਨੂੰ ਪ੍ਰਿੰਡਾਂ ਦੇ ਖੱਖਰ ਨੂੰ ਛੇੜੀਏ ਜੇ ਤੂੰ ਇੱਕ ਗੱਲ ਮੰਨੇ ਤਾਂ ਨਾਲੇ ਤੇਰੀਆਂ ਫੌਮਬਾਰਾਂ ਨਾਲੇ ਸਾਡਾ ਉਲਝਾਅ ਮੁੱਕੋ ਭਗਤੇ ਨੇ ਬਿੰਦਕ ਸੋਚਿਆ ਫਿਰ ਆਖਣ ਲਗਾ ਤੂੰ ਗਲਤ ਆ ਦੱਸ ਸੇਠਾ ਗੱਲ ਇਹ ਆ ਕਾਰੀਗਰ ਤਸੱਲੀ ਨਾਲ ਡੂੰਗਾ ਸਾਹ ਲੈਨੇ ਆ ਤੋਤੀ ਬੋਲੇ ਤੁਹਾਡਾ ਜਿਹੜਾ ਘਰ ਖੁੱਸਿਆ ਸੀ ਉਹਦਾ ਅੱਧਾ ਹਿੱਸਾ ਤੇਰਾ ਸੀ ਜੇ ਤੂੰ ਆਖੇ ਤਾਂ ਉਹਦੇ ਮਲਵਟੇ ਤੈਨੂੰ ਉਸੇ ਕਰ ਨੂੰ ਸਾਹਮਣੀ ਜਗ੍ਹਾ ਦਿਵਾ ਸਕਦਾ ਹੈ ਆਪਾਂ ਨਵੀਂ ਬਸਤੀ ਚ ਬਾਕੀ ਬਾਕੀ ਰਹੀ ਖਰੀ ਗੱਲ ਤਾਂ ਨਿਗਾਹ ਕਰਕੇ ਉਹਨੇ ਭਗਤੇ ਦੀਆਂ ਅੱਖਾਂ ਚ ਤੱਕਿਆ ਤੇ ਫਿਰ ਪਹਿਲਾਂ ਨਾਲੋਂ ਵੀ ਵਧੇਰੇ ਠਰਮੇ ਤੇ ਤਸੱਲੀ ਨਾਲ ਕਿਹਾ ਤੂੰ ਸਿਆਣਾ ਵਿਹਾਰੀ ਗੱਲ ਤੇ ਕੋਈ ਰੌਲਾ ਨਹੀਂ ਹੁੰਦਾ ਉਹਨਾਂ ਘਰਾਂ 'ਚੋਂ ਸਾਡੇ ਹਾਤੇ ਦੇ ਬਰਾਬਰ ਦੀ ਜਗ੍ਹਾ ਤੂੰ ਸਾਨੂੰ ਦੇ ਦੇ ਤੇਰੇ ਭਰਾ ਨਾਲ ਹਾਤਾ ਅਸੀਂ ਤੈਨੂੰ ਉਹਦੇ ਮਲਵਟੇ ਲਿਖ ਦੇਾਂਗੇ ਓ ਵੀ ਉਹ ਤੇਰਾ ਭਰਾ ਹੈ ਬਾਲ ਬੱਚਾ ਕੋਈ ਹੈ ਨਹੀਂ ਹੋਰ ਦੋ ਸਾਲ ਚਾਰ ਚਾਰ ਅਖਰ ਸਭ ਨੇ ਜਾਣੇ ਮੌਕੇ ਦੀ ਜਗ੍ਹਾ ਹੈ ਤੇਰੀ ਹਵੇਲੀ ਨਾਲ ਲੱਗਦੀ ਹੈ ਮੰਡੀ ਦੇ ਵਿਚਾਲੇ ਆ ਡੱਬੇ ਵਰਗੀ ਮੌਕੇ ਨਾਲ ਜਾਇਦਾਦ ਬਣ ਜਾਂਦੀ ਹੈ ਤੇਰੀ ਔਲਾਦ ਸੀ ਸੰਦੇ ਸਾਡੀ ਹੂੰ ਜਾਨ ਛੁੱਟੂ ਸਮਝਿਆ ਹੁਣ ਤੂੰ ਆਪਦਾ ਪੜਿਆ ਵਿਚਾਰੇ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾ ਕੇ ਤੋਤੀ ਤਾਂ ਤੁਰ ਗਿਆ ਪਿੱਛੋਂ ਭਗਤਾ ਦਾ ਦਿਲ ਧੜਕਣ ਲੱਗ ਪਿਆ ਉਹਨੂੰ ਸਾਫ਼ ਗੱਲ ਤਾਂ ਕੋਈ ਆੜ ਨਹੀਂ ਸੀ ਰਹੀ ਪਰ ਅੰਦਰੋਂ ਚਿੱਤ ਪਲੋ-ਪਲ ਕਾਲਾ ਪਈ ਜਾਂਦਾ ਸੀ ਫਿਰ ਉਸ ਦਿਨ ਪਿੱਛੋਂ ਕਈ ਦਿਨ ਕਈ ਰਾਤਾਂ ਭਗਤਾ ਦੁੱਧਾ ਚ ਰਿਹਾ ਦੋ ਰਾਤਾਂ ਤਾਂ ਸਾਰੀ-ਸਾਰੀ ਰਾਤ ਸੌਂ ਵੀ ਨਾ ਸਕਿਆ ਅਖੀਰ ਜਦੋਂ ਬਹੁਤਾ ਹੀ ਬੇਆਰਾਮ ਹੋਣ ਲੱਗ ਪਿਆ ਤੇ ਏਡੀ ਗੱਲ ਉਹਨੂੰ ਪਹੁੰਚਾਉਣੀ ਔਖੀ ਹੋ ਗਈ ਤਾਂ ਉਹਨੇ ਸਭ ਕੁਚ ਕਰਤਾਰੀ ਨੂੰ ਦੱਸਦਾ ਹੋਰ ਤੂੰ ਰੱਬੋਂ ਕੀ ਭਾਲਦਾ ਹੈ ਕਰਤਾਰੀ ਨੇ ਖੁਸ਼ ਹੁੰਦਿਆਂ ਕਿਹਾ ਕਮਲਿਆ ਇੰਨੀ ਜਾਦਤ ਐਵੇਂ ਐਵੇਂ ਬਣਦੀ ਐ ਜੇ ਉਹ ਹੱਤਾ ਨਾ ਛੱਡਣਗੇ ਤਾਂ ਆਪਾਂ ਐਸ ਹਵੇਲੀ 'ਚ ਉਹਦਾ ਨਾਮ ਬਣਦਾ ਅੱਧਾ ਹਿੱਸਾ ਰੱਖ ਲਾਂਗੇ ਫੇਰ ਵੀ ਆਪਾਂ ਨੂੰ ਫਾਇਦਾ ਹੀ ਫਾਇਦਾ ਨਾਲੇ ਨਾ ਛੱਡਣਗੇ ਨਾ ਛੱਡਣ ਮਰਿਆ ਮਗਰੋਂ ਵੀ ਆਪਣਾ ਹੀ ਐ ਕਿ ਭਗਤੇ ਦੀਆਂ ਜਿਵੇਂ ਬੇੜੀਆਂ ਕਟੀਆਂ ਗਈਆਂ ਰਾਤ ਨੂੰ ਉਹਨੂੰ ਰੱਜਵੀਂ نیند ਆਈ ਤੇ ਅਗਲੇ ਦਿਨ ਹੀ ਤੋਤੀ ਨਾਲ ਗੱਲਬਾਤ ਕਰਨ ਆਪ ਉਹਦੇ ਪਿੰਡ ਨੂੰ ਘੁਰ ਪਿਆ ਅੰਗ 24 ਬਿਸ਼ਨੇ ਦੇ ਕੈਦ ਹੋਣ ਤੋਂ ਮਗਰੋਂ ਤੋਤੀ ਦੀ ਮਦਦ ਨਾਲ ਆਪਣੇ ਖੁੱਸੇ ਬਾਹਰਲੇ ਘਰ ਦੇ ਸਾਹਮਣੇ ਇੱਕ ਕਨਾਲ ਥਾਂ ਭਗਤੇ ਨੇ ਸਰਕਾਰ ਤੋਂ ਇਹ ਕਹਿ ਕੇ ਲੈ ਲਈ ਵੀ ਉਹਦਾ ਬਿਸ਼ਨੇ ਨਾਲ ਕੋਈ ਸਬੰਧ ਨਹੀਂ ਤੇ ਭਰਾ ਦੇ ਨਾਤੇ ਉਹ ਖੁਸੀ ਹੋਈ ਜੈਦਾਦ ਦੇ ਵਟੇ ਮਿਲਣ ਵਾਲੀ ਥਾਂ ਦੇ ਅੱਧ ਦਾ ਹਿੱਸੇਦਾਰ ਸੀ ਉਸ ਕਨਾਲ ਥਾਂ ਵਿੱਚੋਂ ਉਹਨੇ 13 ਮਰਲੇ ਤੋਦੀ ਨੂੰ ਦੇ ਕੇ ਬਿਛਨੇ ਵਾਲੇ ਹਾਤੇ ਦਾ ਵੱਟਾ ਸੱਟਾ ਵੀ ਕਰ ਲਿਆ ਪਰ ਲਿਖਤ ਪੜ ਤਮਗਰੋ ਹੁਣ ਆਪਣੇ ਬਾਹਰਲੇ ਬਾਕੀ 7 ਮਰਲੇ ਨਵੀਂ ਬਸਤੀ ਵਾਲੀ ਥਾਂ ਦਿਵਾਲੇ ਚਾਰਦੁਵਾਰੀ ਕਰਕੇ ਉੱਥੇ ਕੰਮ ਵਾਲਾ ਥਾਂ ਬਣਾਉਣ ਦੀ ਵੀ ਉਹਤ ਬਣਾ ਰਿਆ ਸੀ ਇਹ ਸਾਰੀਆਂ ਗੱਲਾਂ ਬੁੱਧੇ ਨੇ ਇੱਕ ਦਿਨ ਅੰਦਰ ਖਾਨੇ ਦਿਆਕਰ ਨੂੰ ਦੱਸਦੀਆਂ ਸੁਣਨਸਾਰ ਜਿਵੇਂ ਉਹਦਾ ਪਿੰਡਾ ਤਪਣ ਲੱਗ ਪਿਆ ਅੱਖਾਂ ਲਾਲ ਹੋ ਗਈਆਂ ਉਦੋਂ ਆਥਣੇ ਨਾਉ ਨੇ ਰੋਟੀ ਪਕਾਈ ਨਾ ਖਾਦੀ ਕਿੰਨੇ ਦਿਨ ਹੋ ਗਏ ਸੀ ਉਹਨੂੰ ਖੇਡ ਦਾ ਦौरा ਨਹੀਂ ਸੀ ਪਿਆ ਉਹ ਜੋ ਠੋਲੇ ਦੇ ਡਰਨੇ ਦੇ ਅੱਜ ਤਾਈਂ ਪੰਜ ਜੁੱਤੀਆਂ ਹੱਥਾਂ ਨੂੰ ਗਣ ਮਾਰਦੀ ਸੀ ਪਰ ਅੱਜ ਉਹਨੂੰ ਜੁੱਤੀਆਂ ਦਾ ਖਿਆਲ ਵੀ ਨਾ ਆਇਆ ਤੇ ਖੇਡਣ ਲੱਗ ਪਈ ਰਾਤ ਦੇ ਤੀਜੇ ਪੈਰ ਤਾਈਂ ਖੇਡਦੀ ਰਹੀ ਉਹਨੇ ਸਣੇ ਭਗਤੇ ਤੇ ਕਰਤਾਰੀ ਦੇ ਕੋਈ ਨਾ ਛੱਡਿਆ ਜਿਹਦਾ ਨਾਂ ਨਾ ਲਿਆ ਹੋਵੇ ਕੰਦ ਸੰਨ ਛੱਡ ਕੇ ਕਰਤਾਰੀ ਸੁਣ ਸੁਣ ਬਰੜਾਂ ਦੀ ਰਹੀ ਪਰ ਉਹਦੀ ਪੇਸ਼ ਕੀ ਜਾਣੀ ਸੀ ਜਦੋਂ ਪੈਰ ਦੇ ਤੜਕੇ ਆਪਣਾ ਆਪ ਖਪਾ ਕੇ ਦਿਆਗੁਰ ਮੁੱਦੇ ਮੂੰਹ ਮੰਜੀ ਤੇ ਟੈਪੀ ਰਾਤ ਰਾਤ ਦੀ ਚੁੱਪੇ ਦੀ ਡਰਾਣੀ ਲੱਗਣ ਲੱਗ ਪਈ ਕਿ ਕਰਤਾਰੀ ਤੇ ਭਗਤੇ ਦੋਹਾਂ ਨੂੰ ਸਾਰੀ ਰਾਤ ਅੱਖਾਂ 'ਚ ਕੱਟੀ ਹੋਣ ਮਗਰੋਂ ਵੀ ਨੀਂਦ ਨਾ ਆਈ ਤੇ ਉਸ ਸਲਵਟੇ ਲੈਂਦੇ ਹੀ ਦਿਨ ਚੜ ਗਿਆ। ਉਸ ਦਿਨ ਤੋਂ ਕਰਤਾਰੀ ਨੇ ਕਾਲੇ ਤੇ ਮਾਗੀ ਦੋਹਾਂ ਨੂੰ ਬੁਰੀ ਤਰ੍ਹਾਂ ਤਾੜਦਾ ਵੀ ਦਿਆਕਰ ਦੇ ਵੇੜੇ ਪੈਰ ਨਾ ਪਾਉਣ। ਦਿਆਕਰ ਜੀ ਵੀ ਉਹਨਾਂ ਲਈ ਕੁਛ ਨਾ ਕੁਛ ਬਣਾ ਕੇ ਰੱਖੀ ਰੱਖਦੀ। ਪਰ ਜਦੋਂ 8-10 ਦਿਨ ਉਹਦੇ ਕੋਲ ਦੋਹਾਂ 'ਚ ਕੋਈ ਨਾ ਆਇਆ ਤਾਂ ਗੱਲ ਤਾੜ ਗਈ। ਬੁੱਧੇ ਤੋਂ ਬਿਨਾਂ ਹੌਲੀ-ਹੌਲੀ ਸਾਰੇ ਹੀ ਦੇਆ ਕਰ ਤੋਂ ਦੂਰ ਹੁੰਦੇ ਗਏ ਤੇ ਉਹਦੀ ਹਾਲਤ ਵੀ ਦਿਨੋਂ ਦਿਨ ਵਿਗੜਦੀ ਗਈ ਹੁਣ ਦਿਨੇ ਵੀ ਉਹ ਖੇਡਣ ਲੱਗ ਪਈ ਸੀ ਪਹਿਲਾਂ ਉਹਨੇ ਬਾਹ ਲੱਗਦੀ ਕਦੀ ਮੈਲਾ ਕਪੜਾ ਨਹੀਂ ਸੀ ਪਾਇਆ ਪਰ ਹੁਣ ਪੰਜ-ਪੰਜ ਦਿਨ ਇੱਕੋ ਕੁਰਤੀ ਸਲਵਾਰ ਪਾਈ ਫਿਰਦੀ ਰਹਿੰਦੀ ਉਹਦੇ ਅੱਧ ਬੱਗੇ ਵਾਲ ਕੰਨਾਂ ਦੇ ਪਾਸੇ ਖਿਲਰੇ ਰਹਿੰਦੇ ਹਾਰਡ ਦੀ ਗਰਮੀ ਚ ਵੀ ਦੋ-ਦੋ ਦਿਨ ਉਹ ਨਾ ਨਹਾਉਂਦੀ ਗਲੀ ਗਵਾਂਡ ਦੇ ਨਿਆਣੇ ਤੇ ਬਣਿਆਣੀਆਂ ਉਹਦੀ ਸ਼ਕਲ ਤੋਂ ਵੀ ਜਿਵੇਂ ਡਰਨ ਲੱਗ ਪਏ ਜਦੋਂ ਹੱਤੇ ਦਾ ਵੱਡਾ ਬੂਆ ਖੁੱਲਾ ਹੁੰਦਾ ਤੇ ਉਹ ਸਾਹਮਣੇ ਮੰਜਾ ਢਾਕੇ ਬੈਠੀ ਹੁੰਦੀ ਤਾਂ ਕੋਈ ਡਰਦਾ ਗਲੀ ਝੋਨਾ ਲੰਘਦਾ ਉਹਦੀਆਂ ਅੱਖਾਂ ਦੀ ਝੱਕਣੀ ਵੀ ਡਰਾਉਣੀ ਹੋ ਗਈ ਸੀ ਕਦੇ-ਕਦੇ ਕਾਨੀਆਂ ਹੇਤੀਆ ਤੇ ਬੁੱਧਾ ਉਸ ਕੋਲ ਆ ਬਹਿੰਦੇ ਪਰ ਜਦੋਂ ਬਿਛਨੇ ਦੀ ਕੋਈ ਗੱਲ ਛੇੜਦੇ ਜਾਂ ਦਿਆਗੁਰ ਦੀ ਮੰਦੀ ਹਾਲਤ ਬਾਰੇ ਕੁਝ ਆਖਦੇ ਤਾਂ ਉਹਨਾਂ ਨੂੰ ਖਾਣ ਨੂੰ ਪੈਂਦੀ ਤੇ ਕਈ ਵਾਰ ਗਾਲਾਂ ਵੀ ਕੱਢਣ ਲੱਗ ਪੈਂਦੀ ਡਰਦੇ ਹੋਏ ਵੀ ਨਹੀਂ ਸੀ ਪੁੱਛਦੇ ਵੀ ਉਹਦੇ ਕੋਲ ਖਾਣ ਪੀਣ ਜੋਗਾ ਆਟਾ ਕੋਟਾ ਵੀ ਹੈ ਸੀ ਕਿ ਨਹੀਂ ਬਸ ਕਾਨੀਆਂ ਜੋ ਉਸ ਕੋਲ ਬਚਦਾ ਪੰਜ ਚਾਰ ਦਿਨ ਪਿੱਛੋਂ ਦੇ ਜਾਂਦਾ ਪਿਛਲਾ ਸਾਰਾ ਕਿਰਾਇਆ ਲਗਭਗ ਉਹਨੇ ਨਿਭੇੜਤਾ ਸੀ ਚਾਲੂ ਮਹੀਨੇ ਦਾ ਬਾਕੀ ਸੀ ਬਾਕੀ ਦੀਆਂ ਰੇੜੀਆਂ ਵਾਲੇ ਪੱਲੇਦਾਰਾਂ ਨੂੰ ਵੀ ਉਹਨੇ ਕਹਿ ਕੇ ਕਿਰਾਇਆ ਦਿਵਾ ਦਿੱਤਾ ਇਸ ਕਰਕੇ ਦਿਆਕਰ ਨੂੰ ਹੁਣ ਤਾਈਂ ਪੈਸੇ ਵੱਲੋਂ ਕੋਈ ਤੰਗੀ ਮਹਿਸੂਸ ਨਹੀਂ ਸੀ ਹੋਈ ਇੱਕ ਦਿਨ ਬੁੱਧਾ ਉਹਦੇ ਕੋਲ ਈਉਂ ਆ ਕੇ ਬਹਿ ਗਿਆ ਜਿਵੇਂ ਕੋਈ ਬਹੁਤ ਵੱਡੀ ਗੰਭੀਰ ਗੱਲ ਕਰਨ ਆਇਆ ਹੋਵੇ ਪਰ ਦਿਆਕਰ ਨੇ ਸਰਸਰੀ ਉਸ ਵੱਲ ਝਾਕ ਕੇ ਢੇੜੇ ਦਾ ਸਿਰ ਘਮਾਉਂਦੇ ਅੱਖਾਂ ਮੀਟ ਲਈਆਂ ਲਗਭਗ ਹਰ ਵੇਲੇ ਵੇਲੀ ਬੈਠਿਆਂ ਕੰਮ ਕਰਦੇ ਆ ਉਹ ਸਿਰ ਸੱਜੇ ਕਬੇ ਘੇੜੇ ਦਾਕ ਮਾਉਂਦੀ ਰਹਿੰਦੀ ਸੀ ਪਰ ਆਦਤ ਇਹਨੇ ਪੱਕ ਗਈ ਵੀ ਗੱਲਾਂ ਕਰਦੇ ਆ ਵੀ ਐਵੇਂ ਸਿਰ ਘਮਾਉਂਦੀ ਰਹਿੰਦੀ ਮੈਂ ਬਾਈ ਕੋਲ ਨਾ ਜਾਵਾਂ ਤੇਆਕਰੇ ਆਪਣੇ ਪਿੰਡੋਂ ਰਤਨਾ ਉੱਥੇ ਆਇਆ ਕਹਿੰਦਾ ਬਾਈ ਕੁਛ ਠੱਲ ਹੈ ਕੋ ਚਰਚਪਰੇ ਕਿ ਬੁੱਧੇ ਨੇ ਗੱਲ ਤੋਰੀ ਤੇਆਕਰ ਨੇ ਅੱਖਾਂ ਖੋਲ ਕੇ ਇੱਕ ਵਾਰੀ ਬੁੱਧੇ ਵੱਲ ਗੋਹ ਨਾਲ ਤੱਕਿਆ ਫਿਰ ਉਹਵੇਂ ਮੀਚ ਕੇ ਬਸ ਇਹ ਨਾ ਅਖਿਆ ਜੀ ਕਰਦਾ ਤਾਂ ਜਾਇਆ ਕਰਾਇਆ ਮੈਥੋਂ ਲੈ ਜੀ ਬੁੱਧਾ ਚੁੱਪ ਕਰ ਗਿਆ ਉਹਨੂੰ ਦਇਆਕੁਰ ਦੀ ਕਿਰਾਏ ਵਾਲੀ ਗੱਲ ਚੰਗੀ ਨਹੀਂ ਸੀ ਲੱਗੀ ਫਿਰ ਉਹਨੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਛੇੜੀਆਂ ਪਰ ਦਇਆਕੁਰ ਨੇ ਜਦੋਂ ਕੋਈ ਹੰਗਾਰਾ ਨਾ ਭਰਿਆ ਤਾਂ ਉੱਠ ਕੇ ਤੁਰ ਆਇਆ ਫਿਰ ਤੀਜੇ ਚੌਥੇ ਦਿਨ ਜਦੋਂ ਬੁੱਧਾ ਮੁਲਾਕਾਤ ਕਰਕੇ ਮੁੜਿਆ ਉਹਦੇ ਚਿਹਰੇ ਉੱਤੇ ਤਸੱਲੀ ਤੇ rau ਦੀ ਚਲਕ ਸੀ ਉਹਨੇ ਦੂਰੇ ਮੱਥਾ ਟੇਕਿਆ ਤੇ ਦਇਆਕੁਰ ਦੇ ਕੋਲ ਆ ਕੇ ਬਹਿ ਗਿਆ ਕਿਉਂ ਸੁਣਾ ਕੋਈ ਸੁਖ ਸੁਨੇਹਾ ਦਇਆਕੁਰ ਨੇ ਸਧਾਰਨੀ ਉਹਨੂੰ ਪੁੱਛਿਆ ਚੰਗਾ ਸਭ ਠੀਕ ਹੈ ਟੈਕਵੀ ਵਾਸਟ ਹੱਸ ਕੇ ਬੁੱਧੇ ਨੇ ਆਖਿਆ ਮੈਂ ਆਖਿਆ ਬਈ ਹੁਣ ਪੇਕੀ ਕਦੋਂ ਮੋੜਨਾ ਕਹਿੰਦਾ ਹਲੇ ਜੀ ਨਹੀਂ ਕਰਦਾ ਮੁਕਲਾਵੇ ਤੋਂ ਮਗਰੋਂ ਦੂਜੀ ਵਾਰ ਤਾਂ ਆਇਆ ਸੌਰੀ ਸੇਵਾ ਵੀ ਬਹੁਤ ਹੁੰਦੀ ਹੈ ਰੋਜ਼ ਸ਼ੱਕਰ ਕੇ ਉਪਰ ਪਾਉਂਦੇ ਐ ਵਿਆਹ ਕਰਨ ਨੂੰ ਬੁੱਧੇ ਦੀ ਗੱਲ ਸੁਣ ਕੇ ਗੁੱਜਾ ਹੀ ਚਾਜੇ ਚੜ ਗਿਆ ਉਹ ਹੱਸ ਪੀ ਬਦਾਂ ਕਿੰਨਾ ਚਰਬਿਸ਼ ਨੇ ਦੀਆਂ ਗੱਲਾਂ ਦੱਸਦਾ ਰਿਹਾ ਗੰਭੀਰ ਹੋ ਗਿਆ ਤੇ ਉਹ ਕੁੱਲਿਆਂ ਭਾਰ ਹੋ ਕੇ ਬੰਦਾ ਕੋਠੜੀ ਤੇ ਬੂਹੇ ਹਲ ਚੱਕਣ ਲੱਗ ਪਿਆ ਬੰਦੇ ਕੋ ਗੁੰਮਸਮ ਹੋਇਆ ਚੁੱਪ ਕਰਕੇ ਬੈਠਾ ਉਧਰ ਹੀ ਝਾਕਦਾ ਰਿਹਾ ਕਿਉਂ ਐ ਬਹਿ ਗਿਆ ਹੁਣ ਉਹਦਾ ਇੰਜ ਚਾਂਚਾਕ ਬਦਲਿਆ ਰੋਂ ਵੇਖ ਕੇ ਦਿਆਗੁਰ ਨੇ ਪੁੱਛਿਆ ਕੁਛ ਨਹੀਂ ਨਿਮੀ ਆਵਾਜ਼ ਰੱਖਾਂ ਚਮਕਦੇ ਆ ਬੁੱਧੇ ਨੇ ਕਿਹਾ ਕੁਛ ਚੇਰ ਹੋਰ ਓਵੇਂ ਕੋਠੜੀ ਦੇ ਬੂਹੇ ਵੱਲ ਝਾਕਣ ਮਗਰੋਂ ਲੰਮਾ ਸਾਹ ਖਿੱਚਿਆ ਤੇ ਔਖੀ ਆਵਾਜ਼ ਤੋਂ ਬੋਲਿਆ ਇੱਕ ਕੰਮ ਦਿਆਗੁਰੇ ਕਸੂਤਾ ਹੋ ਗਿਆ ਦਿਆਗੁਰ ਬਿਨਾਂ ਕੁਝ ਪੁੱਛਿਆ ਉਹਦੇ ਉਦਾਸ ਮੂੰਹ ਵੱਲ ਝਾਕਦੀ ਰਹੀ ਪਰ ਬੋਲੀ ਕੁਛ ਨਾ ਬਾਈ ਨੇ ਹੁਣ ਇਸ ਹਾਤੇ 'ਚ ਨਹੀਂ ਰਹਿਣਾ ਕਹਿੰਦੇ ਆ ਬੁੱਧੇ ਨੇ ਨੀਵੀਂ ਪਾ ਲਈ ਹੋਰ ਪਤਾ ਨਹੀਂ ਕਹਿੰਦਾ ਸੀ ਬਸ ਹੁਣ ਇੱਥੇ ਨਹੀਂ ਰਹਿਣਾ ਜਿਵੇਂ ਉਹਦੀ ਮਰਜ਼ੀ ਤੇ ਬਾਬੇ ਦਾ ਹੁਕਮ ਪਰ ਤੂੰ ਕਿਉਂ ਫਿਕਰ ਕਰਦਾ ਹੈ ਇੱਕar ਕੋਈ ਅਸੀਂ ਨਾਲ ਲੈ ਕੇ ਜੰਮੇ ਸੀ ਬੰਦੇ ਰਾਜੀ ਭਾਜੀ ਰਹਿਣ ਜਿੱਥੇ ਬਹਿ ਗਏ ਉੱਥੇ ਘਰ ਮਿੱਟੀ ਸੋਰੀ ਦਾ ਕੀ ਹੈ ਇਹ ਕਿਸੇ ਨੇ ਸਿਰ ਤੇ ਚੱਕਣੀ ਹੈ ਇਹ ਸਭ ਕੁਝ ਦਇਆ ਕਰ ਡੀ ਲਾ ਬੇਪਰਵਾਹੀ ਨਾਲ ਕਹਿ ਰਹੀ ਸੀ ਵੀ ਬੁੱਧੇ ਨੇ ਹਰਾਨੀ ਨਾਲ ਇੱਕ ਵਾਰੋ ਦੇ ਖਿਲਰੇ ਵਾਲਾ ਤੇ ਢੇੜੇ ਦਾ ਘੁੰਮ ਦੇ ਸਰਵਲ ਤੱਕਿਆ ਪਰ ਫਿਰ ਆਪੀ ਜਿਵੇਂ ਉਹਦਾ ਚਿੱਤ ਨਹੀਂ ਚਿੱਤ ਨੂੰ ਸ਼ਾਂਤੀ ਆ ਗਈ ਉਹ ਤਾਂ ਠੀਕ ਐ ਹੈ ਤਾਂ ਸਭ ਕੁਝ ਬੰਦੇਆਂ ਨਾਲ ਹੀ ਪਰ ਮੈਂ ਆਖਿਆ ਸੀ ਵੀ ਜੇ ਇੱਥੇ ਰਹੀ ਜਾਂਦੇ ਤਾਂ ਚੰਗਾ ਸੀ ਬਾਈ ਅੱਗੋਂ ਸਗੋਂ ਮੇਰੇ ਨਾਲ ਲੜ ਪਿਆ ਤੂੰ ਗੱਲ ਹੀ ਲੜਨ ਵਾਲੀ ਕੀਤੀ ਸੀ ਦਿਆਕਰ ਦਾ ਬੋਲ ਇੱਕਦਮ ਖਰਵਾ ਹੋ ਗਿਆ ਬੁੱਧੇ ਵਾਲ ਕੁਝ ਕੋਣ ਆਖ ਝਾਂਕੇ ਬੋਲੀ ਤੈਨੂੰ ਪਤਾ ਨਹੀਂ ਵੀ ਜਿਹਨੇ ਸਾਰੀ ਉਮਰ ਕਿਸੇ ਤੋਂ ਉਹ ਇਹ ਨਾ ਖਵਾਈ ਉਹ ਸ਼ਰੀਕ ਦੇ ਘਰ ਕਿਵੇਂ ਰਹੂ ਮੈਂ ਤਾਂ ਆਪ ਉਹਨੂੰ ਢੇਕਦੀ ਐ ਬਸ ਉਹਦੇ ਆਉਣ ਦੀ ਧੀਰ ਭਗਤੇ ਲਈ ਦਿਆਕਰ ਦੇ ਮੂੰਹ ਪਹਿਲੀ ਵਾਰ ਸ਼੍ਰੀਖਸ਼ਬਦ ਸੁਣ ਕੇ ਬੁੱਧੇ ਨੂੰ ਸ਼ੱਕ ਪਿਆ ਜਿਵੇਂ ਉਹ ਪੂਰੀ ਸੁਰਤ ਚ ਨਹੀਂ ਸੀ ਬੋਲ ਰਹੀ ਪਰ ਉਹਦੇ ਉਹਨੇ ਦਿਆਕਰ ਦੀਆਂ ਅੱਖਾਂ ਵੱਲ ਗੋਹ ਨਾਲ ਵੇਖਿਆ ਸ਼ੱਕ ਦੂਰ ਹੋ ਗਿਆ ਸੋ ਉਹਦਾ ਸਿਰ ਵੀ ਅੱਗੇ ਜਿੰਨਾ ਨਹੀਂ ਸੀ ਹਿਲ ਰਿਹਾ ਅੱਖਾਂ ਚ ਪਰਤਖ ਲਿਸ਼ਕ ਸੀ ਜਿਸ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਉਹਨੂੰ ਨਹੀਂ ਸੀ ਦਿਸਦੀ ਹੋਰ ਕੁਝ ਕਹਿਏ ਸੁਣੇ ਬਿਨਾਂ ਨਿਮੋ ਚੁਣਾ ਉੱਠ ਕੇ ਤੁਰ ਪਿਆ ਦਿਆਕਰ ਨੇ ਵੀ ਹੋਰ ਗੱਲ ਨਾ ਕੀਤੀ ਸਿਰ ਹਲਾਨੇ ਅੱਖਾਂ ਮੋੜ ਮੀਟ ਲਈ ਬਿਸ਼ਨੇ ਦੀ ਕੈਦ ਪੂਰੀ ਹੋ ਗਈ ਸੀ ਪਰ ਪਿਛਲੇ ਵਰੇ ਵਾਂਗ ਦਿਆਕਰ ਨੂੰ ਐਤ ਕੀ ਉੱਡੀ ਉਡੀਕ ਨਹੀਂ ਸੀ ਜਿੱਦੇ ਉਹਨੇ ਆਉਣਾ ਸੀ ਸਵੇਰੇਓ ਕੇਸੀ ਤਾਂ ਨਾ ਤੀ ਪਰ ਨਾ ਵਾਲ ਵਾਏ ਨਾ ਹੀ ਨਾ ਹੀ ਤੋਤੇ ਕੱਪੜੇ ਪਾਏ ਸਾਰਾ ਦਿਨ ਉਹ ਜੀ ਇੱਧਰ ਉੱਧਰ ਤੁਰੀ ਫਿਰੀ ਜਿਵੇਂ ਰੋਹੀ ਚ ਫਿਰਦੀ ਹੋਵੇ ਉਹਦਾ ਗੋਲ ਚਿਹਰਾ ਬੇਜਵੀ ਹੋਇਆ ਲੱਗਦਾ ਸੀ ਅੱਖਾਂ ਦੀ ਸਦੀ ਵੀ ਲਿਸ਼ਕ ਕਸਮੈਲੀ ਪੈ ਗਈ ਸੀ ਉਹਨੂੰ ਮੁਰ ਮੁਰ ਚੌਲਾਂ ਦਾ ਖਿਆਲ ਆਉਂਦਾ ਰਿਹਾ ਪਿਛਲੇ ਮਹੀਨੇ ਮੰਗਾ ਕੇ ਵੀ ਰੱਖੇ ਸੀ ਦੀਵਾ ਜਗਾ ਕੇ ਆਲੇ ਚ ਰੱਖਤਾ ਹੋਵੇਂ ਭੁੱਖਣ ਪਾਣੀ ਮੰਜੀ ਤੇ ਬਹਿ ਕੇ ਸਿਰ ਘਮਾਉਣ ਲੱਗ ਪਈ ਖੇੜ ਭਾਵੇਂ ਨਹੀਂ ਸੀ ਆਰੀ ਪਰ ਚਿੱਤਰ ਨੇ ਢਾਲ ਸੀ ਰਤਾ ਕੋ ਨੇਰੇ ਹੋਏ ਬਿਸ਼ਨਾ ਚੁੱਪ ਕੀਤਾ ਵੱਡਾ ਬੂਆ ਖੋਲ ਕੇ ਮੋਢੇ ਉੱਤੇ ਮੂਕਾ ਧਰੀਆਂ ਨੂੰ ਅੰਦਰ ਆਇਆ ਜਿਵੇਂ ਖੇਤੋਂ ਮੁੜਿਆ ਹੋਵੇ ਚੁੱਪ ਕੀਤਾ ਉਤਰੀ ਆਇਆ ਤੇ ਦਿਆਕਰ ਦੀ ਮੰਜੀ ਕੋਲ ਪਈ ਇੱਕ ਫੱਟੀ ਉੱਤੇ ਬਹਿ ਕੇ ਬਿੰਦਕ ਉਹਦੇ ਮੂੰਹal ਝਾਕਦਾ ਰਿਹਾ ਦਿਆਕਰ ਨੇ ਅੱਖਾਂ ਮੀਟੀਆਂ ਹੋਈਆਂ ਸੀ ਤੇ ਸਿਰ ਆਪੇ ਜਿਵੇਂ ਗੇੜੇ ਦਾ ਘੁੰਮੀ ਜਾਂਦਾ ਸੀ ਦਿਆਗੁਰੇ ਸਰੀਰ ਤਾਂ ਤਕੜਾ ਰਿਹਾ ਮਗਰੋਂ ਉਹਨੇ ਏਡੀ ਹੌਲੀ ਤੇ ਸੁਧਾਰਨ ਆਵਾਜ਼ ਚ ਪੁੱਛਿਆ ਕਿ ਦਿਆਗੁਰੱਖਾਂ ਖੋਲ ਕੇ ਕੁਝ ਚਿਰ ਉਹਦੇ ਵੱਲ ਉਪਰੀ ਉਪਰੀ ਇੰਜ ਝਾਕਦੀ ਰਹੀ ਜਿਵੇਂ ਉਹਨੂੰ ਸੁਣਿਆ ਨਾ ਹੋਵੇ ਮੈਂ ਪੁੱਛਿਆ ਸਰੀਰ ਤਕੜਾ ਰਿਹਾ ਵਿਸ਼ਨੇ ਨੇ ਐਤਕੀ ਕੁਝ ਮੁਸਕਰਾਉਂਦਿਆਂ ਤੇ ਦਿਆਗੁਰਦਿਆਂ ਚਮਕੀਲੀਆਂ ਅੱਖਾਂ ਚ ਸਿੱਧਾ ਝਾਕਦਿਆਂ ਰਤਾ ਉੱਚੀ ਆਵਾਜ਼ ਚ ਕਿਹਾ ਜਿਵੇਂ ਕਿਸੇ ਬੋਲੇ ਨੂੰ ਬੁਲਾਉਂਦਾ ਹੋਵੇ ਹੂੰ ਦਿਆਗੁਰ ਨੇ ਫੇਰ ਅੱਖਾਂ ਮੀਟ ਕੇ ਸਿਰ ਹਿਲਾਉਂਦਿਆਂ ਕਿਹਾ ਤੂੰ ਆਪ ਦੀ ਖਬਰਸਾਰ ਦੱਸ ਬਾਗੋ ਬਾਗ ਬੇਪਰਵਾਹੀ ਨਾਲ ਬਿਸਨਾ ਬੋਲਿਆ ਬਿੰਦ ਕੋ ਕਦੇ ਦਿਆਕਰ ਦੇ ਮੂੰਹ ਹਲ ਤੇ ਕਦੇ ਹਾਤੇ ਦੇ ਚਾਰਚ ਫੇਰੇ ਝਾਕਦਾ ਰਿਹਾ ਫਿਰ ਸਥਿਰ ਨਿਗਰਵਾਚ ਤੋਂ ਬੋਲਿਆ ਆ ਫਿਰ ਹੁਣ ਇੱਥੋਂ ਚਲੀਏ ਦਿਆਕਰ ਨੇ ਅੱਖਾਂ ਖੋਲ ਕੇ ਬਿਸਨੇ ਦੀ ਪੀੜੇ ਮੂੰਹ ਹਲ ਰਤਾ ਕੋ ਹੈਰਾਨੀ ਨਾਲ ਤੱਕ ਕੇ ਅਪਰੋਦੇ ਚਿਹਰੇ ਉੱਤੇ ਡੋਲ ਤੇ ਰਤਾ ਕੋ ਹੈਰਾਨੀ ਚ ਨਰੋਏ ਇਰਾਦੇ ਦੀ ਲਿਸ਼ਕ ਪਛਾਣ ਕੇ ਸਧਾਰਨ ਆਵਾਜ਼ ਨਾਲ ਹੀ ਬੋਲੇ ਚੱਲ ਕਿੱਧਰ ਜਿੱਦੜ ਦਾਣਾ ਪਾਣੀ ਲੈ ਜੇ ਦਿਆਕਰ ਚੁੰਨੀ ਸੂਤ ਕਰਕੇ ਉਹ ਜੁੱਤੀ ਪਾਉਣ ਲੱਗ ਪਈ ਜਿਵੇਂ ਉੱਠ ਕੇ ਤੋੜੇ ਚੋਂ ਪਾਣੀ ਪੀਣ ਲੱਗੀ ਹੋਵੇ ਬਿਸ਼ਨੇ ਨੇ ਤੋੜਿਆਂ ਕੋਲ ਪਈ ਗੜਵੀ ਚੁੱਕੀ ਉਸ ਪਾਣੀ ਪਿਆ ਪਾਣੀ ਡੋਲਿਆ ਹੱਥ 'ਚ ਫੜ ਕੇ ਬਾਘਰੂ ਕਹਿੰਦੇ ਆ ਬੂਹੇ ਵੱਲ ਤੁਰ ਪਿਆ ਦਿਆਕਰ ਬੰਦ ਕਰੂ ਕੀ ਤੇ ਠੋਲੇ ਦੇ ਡਰਨੇ ਕੋਲ ਜਾ ਕੇ ਨਖੇੜ ਨਖੇੜ ਕੇ ਗਿਣਦੀਆਂ ਪੰਜ ਜੁੱਤੀਆਂ ਮਾਰ ਕੇ ਬਿਸ਼ਨੇ ਦੇ ਮਗਰ ਚਿੰਕਵੀਂ ਆਵਾਜ਼ ਤੇ ਜੈਕਾਰਾ ਗਜਾਇਆ ਬੋਲੇ ਸੋਨਿਹਾਲ ਸੋਤ ਸ੍ਰੀ ਅਕਾਲ ਬਿਸ਼ਨੈ ਨੇ ਦੂਜੀ ਆਵਾਜ਼ ਵਿੱਚ ਰਲਾਈ ਗਲੀ ਚ ਆ ਕੇ ਪੰਜ ਜਕਾਰੇ ਉਹਨਾਂ ਹੱਤੇ ਦੇ ਵੱਡੇ ਬੂਹੇ ਵੱਲ ਮੂੰਹ ਕਰਕੇ ਗਜਾਏ ਫਿਰ ਭਗਤੇ ਕੇ ਘਰ ਅੱਗੇ ਜਾ ਖੜੋਤੇ ਇੱਕ ਜਗਹਿਰਾ ਉੱਥੇ ਖੜੇ ਹੋ ਕੇ ਹੋਰ ਗਜਾਇਆ ਭਗਤੇ ਕੇ ਘਰ ਦੇ ਬੂਹੇ ਬਾਰੀਆਂ ਸਭ ਬੰਦ ਸੀ ਗਲੀ ਚ ਚਾਰੇ ਪਾਸੇ ਨੇਰਾ ਸੀ ਭਗਤਿਆ ਬੂਹੇ ਦੇ ਨੇੜੇ ਹੋ ਕੇ ਉੱਚੀ ਸਾਰੀ ਬਿਸ਼ਨੈ ਨੇ ਬੋਲ ਮਾਰੇ ਆ ਤੇ ਬਾਤਾਂ ਉਲਾਰ ਕੇ ਨਰੋਈ ਆਵਾਜ਼ ਚ ਕਿਹਾ ਆ ਵੀ ਆਪ ਦੀ ਜਾਇਦਾਦ ਸੰਭੀ ਅਸੀਂ ਚੱਲੇ ਆਂ ਬਸ ਆ ਗੜਵੀ ਤੇ ਤੰਦ ਦੇ ਲੀੜੇ ਐ ਹੋਰ ਤੇਰਾ ਸਭ ਕੁਝ ਤੇਰੇ ਹੱਥੇ ਝਿਪਿਆ ਸੁਖੀ ਵਸੇ ਸਭ ਨਗਰ ਖੇੜਾ ਸਸਰੀ ਕਾਲ ਦਿਆ ਕਰਨੇ ਖੋਰ ਜੱਕਾ ਰਗ ਜਾਇਆ ਪਰ ਭਗ ਤੇ ਦੇ ਅੰਦਰ ਸੁੰਨ ਸਰਾਂ ਸੀ ਕੋਈ ਆਵਾਜ਼ ਅੰਦਰੋਂ ਨਾ ਆਈ ਉਹ ਦੋਵੇਂ ਸੰਘਣੇ ਹਨੇਰੇ ਵਿੱਚ ਮੰਡੀ ਦੇ ਬਾਹਰਲੇ ਫਾਟਕ ਵੱਲ ਤੁਰ ਪਏ ਡਰਦੀਆਂ ਡਰਦੀਆਂ ਬਣਿਆਣੀਆਂ ਬੋਹਿਆਂ ਦੀਆਂ ਵਿਰਲਾ ਚ ਉਹਨਾਂ ਨੂੰ ਜਕਾਰੇ ਗਜਾਉਂਦਿਆਂ ਤੇ ਤੁਰੇ ਜਾਂਦੇ ਆ ਵੇਂਦੀਆਂ ਰਹੀਆਂ ਤੇ ਜਦੋਂ ਤਕੜੀ ਰਾਤ ਹਟਵਾਣੀਏ ਹਟੀਆਂ ਤੇ ਘਰੀ ਮੁੜੇ ਤੋਨ ਬਿਸਨੇ ਦੇ ਹਾਤੇ ਦਾ ਬੂਹਾ ਚੌੜ ਚਪਟ ਖੁੱਲਾ ਵੇਖਿਆ ਸਾਰਾ ਵੇੜਾ ਉਵੇਂ ਖਿਲਰੇ ਸੰਦਾਂ ਤੇ ਹੋਰ ਸਮਾਨ ਨਾਲ ਭਰਿਆ ਪਿਆ ਸੀ ਛੱਪਰ 헤ਟ ਕੋਠੜੀ ਦੀ ਬਾਹਰਲੀ ਕੰਧ ਦੇ ਆਲੇ ਚ ਅਜੇ ਵੀ ਸਰੋਂ ਦੇ ਤੇਲ ਦਾ ਦੀਵਾ ਜਗ ਰਿਹਾ ਸੀ ਕੋਠੜੀ ਮੂਰੇ ਭਾਂਡੇ ਦੇ ਤੇ ਪਾਣੀ ਵਾਲਾ ਤੋੜਾ ਉਵੇਂ ਪਈ ਹੋਏ ਸਨ ਵੇੜੇ ਤੇ ਛੱਪਰ ਕੋਲ ਡੱਠੇ ਦੋ ਮੰਜਿਆਂ ਉੱਤੇ ਕੱਪੜੇ ਖਿਲਰੇ ਹੋਏ ਸਨ ਅੱਗੇ ਭਾਵੇਂ ਕਦੇ ਉਹ ਨਾ ਇੱਧਰ ਤਾੜਕੇ ਨਹੀਂ ਸੀ ਵੇਖਿਆ ਪਰ ਫਿਰ ਵੀ ਇਹ ਘਰ ਵਸਦਾ ਲੱਗਦਾ ਹੁੰਦਾ ਸੀ ਅੱਜ ਵੀ ਉਹ ਪਹਿਲਾਂ ਵਾਂਗ ਭਰਿਆ ਭਰਾਇਆ ਸੀ ਪਰ ਤਾਂ ਵੀ ਉਜੜਿਆ ਲੱਗਦਾ ਸੀ ਮਸਾਣਾ ਵਾਂਗ ਸੁੰਨਾ ਧੰਨਵਾਦ